हेलो सत श्री अकाल नमस्ते अदा वेलकम टू विजन सोशल क्लब पावर्ड बाय आलिया कस्टम होम। अज मैं थोड़ी मुलाकात करा रहा उस शख्सियत ना आपां अक्सर सुनते हैं कि हॉलीवुड ते बॉलीवुड च किंग ने पर साडी पंजाबी इंडस्ट्री का जिहड़ा किंग है वह हैगा किंग बी चौहान। मैं वेलकम करदा मिस्टर एंड मिसिज किंग बी चौहान दा। सत श्री अकाल जी। सत श्री अकाल जी जे पंजाबी देख रहे सारे दर्शकों नूं साडी प्यार भरी सत श्री अकाल नमस्कार वड्डे बुजुर्गां नूं प्यारी। ਭਾਜੀ ਮੇਰਾ ਪਹਿਲਾ ਸਵਾਲ ਤੁਹਾਨੂੰ ਹੈ ਕਿ ਕਿੰਗ ਬੀ ਚੌਹਾਨ ਦਾ ਕੀ ਮਤਲਬ ਹੈ, ਕਿਉਂਕਿ ਸਾਨੂੰ ਸਭ ਤੋਂ ਜ਼ਿਆਦਾ ਜਿਹੜੇ ਮੈਸੇਜਸ ਆਏ ਸੀ ਸਭ ਨੇ ਕਿਹਾ ਕਿ ਕੀ ਸਟੋਰੀ ਹੈ, ਇਹਨਾਂ ਨੇ ਇਹ ਨਾਮ ਕਾਹਤੋਂ ਚੂਜ਼ ਕੀਤਾ। ਦੇਖੋ ਜਦੋਂ ਵੀ ਅਸੀਂ ਕਿਸੇ ਫੀਲਡ 'ਚ ਆਉਂਦੇ ਹਾਂ ਸਾਡਾ ਮਕਸਦ ਇਹੀ ਹੁੰਦਾ ਕਿ ਉਹ ਫੀਲਡ 'ਤੇ ਰਾਜ ਕਰੀਏ, ਦਿਲਾਂ 'ਤੇ ਰਾਜ ਕਰੀਏ ਲੋਕਾਂ ਦੇ। ਬੇਸਿਕਲੀ ਇਹ ਕਿੰਗ ਆਫ ਹਾਰਟਸ ਹੈ, ਤੁਹਾਡੇ ਦਿਲਾਂ ਦਾ ਜਿਹੜਾ ਰਾਜ ਕਰਨਾ ਚਾਹੁੰਦਾ। ਉਹਦੇ ਲਈ ਮੁਸ਼ਕਲ 'ਚ ਲੱਗਾ ਹੋਇਆ ਹੁਣ ਤੱਕ ਕਿ ਵਧੀਆ ਵਧੀਆ ਵੀਡੀਓ ਫਿਲਮਾਂ ਵਧੀਆ ਵਧੀਆ ਬਣਾਵਾਂ, ਤਾਂ ਕਿ ਇੱਕ ਦਿਨ ਮੇਰਾ ਸੁਪਨਾ ਹੈ ਕਿ ਮੈਂ ਤੁਹਾਡੇ ਦਿਲਾਂ ਦਾ ਰਾਜ ਕਰਾਂ ਕਿੰਗ ਬੀ ਚੌਹਾਨ। ਵਾਕਈ ਤੁਸੀਂ ਇਸ ਟਾਈਮ ਤਾਂ ਜਿਹੜਾ ਪੰਜਾਬੀ ਜਿੰਨੇ ਵੀ ਨੇ ਪੰਜਾਬੀ ਕੀ ਮੇਰੇ ਖਿਆਲ ਨੌਰਥ ਇੰਡੀਆ ਦੇ ਜਿੰਨੇ ਵੀ ਲੋਕ ਨੇ ਜਿਹੜੇ ਕਿ ਪੰਜਾਬੀ ਹਿੰਦੀ ਸਮਝ ਸਕਦੇ ਹਰੇਕ ਦੇ ਦਿਲਾਂ 'ਤੇ ਰਾਜ ਕਰ ਰਹੇ ਹੋ। ਅੱਜ ਤੋਂ ਇੱਕ ਸਮਾਂ ਪਹਿਲਾਂ ਇਹ ਸੀਗਾ ਕਿ ਹਰੇਕ ਦੇ ਨਾਮ 'ਤੇ ਕੋਈ ਸਟਾਰ ਪਲੱਸ ਦਾ ਸੀਰੀਅਲ ਹੁੰਦਾ ਸੀ ਜਾਂ ਕਲਰਸ ਦਾ ਸੀਰੀਅਲ ਹੁੰਦਾ ਸੀ। ਅੱਜ ਕੱਲ੍ਹ ਆਸਟ੍ਰੇਲੀਆ ਦੀ ਜਿਹੜੀ ਇਹ ਫੈਮਿਲੀ ਹੈ ਹਰੇਕ ਦੀ ਜ਼ੁਬਾਨ 'ਤੇ ਹੈ ਜੀ। ਪਿਆਰ ਹੈ ਤੁਹਾਡੇ ਸਾਰਿਆਂ ਦਾ ਅਤੇ ਥੈਂਕ ਯੂ ਫੋਰ ਦਾ ਕਾਇੰਡ ਵਰਡਸ। ਮਤਲਬ ਉਹੀ ਹੈ ਕਿ ਅਸੀਂ ਜਦੋਂ ਵੀ ਕੁਛ ਸ਼ੁਰੂ ਕਰਦੇ ਹਾਂ ਸਾਡਾ ਤਾਂ ਇਹੀ ਹੁੰਦਾ ਕਿ ਸਰ ਵੱਧ ਤੋਂ ਵੱਧ ਦਰਸ਼ਕ ਦੇਖਣ, ਵੱਧ ਤੋਂ ਵੱਧ ਲੋਕੀ ਪਿਆਰ ਦੇਣ, ਅਤੇ ਉਹ ਬਖੂਬੀ ਹੋ ਰਿਹਾ। ਥੋੜ੍ਹਾ ਅਸੀਂ ਪਰਮਾਤਮਾ ਨੂੰ ਸ਼ੁਕਰਾਨਾ ਕਰਾਂਗੇ ਕਿ ਥੋੜ੍ਹੇ ਲੱਕੀ ਰਹੇ ਹਾਂ ਕਿ ਜਿੰਨਾ ਵੀ ਕੰਮ ਕੀਤਾ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ, ਜਿੰਨਾ ਸੋਚਿਆ ਸੀ ਉਸ ਤੋਂ ਕਿਤੇ ਹੀ ਵੱਧ ਕੇ ਪਿਆਰ ਦਿੱਤਾ। ਉਹਦੇ ਲਈ ਮੈਂ ਬਸ ਬਸ ਧੰਨਵਾਦ ਹੀ ਕਰ ਸਕਦਾ ਤੁਹਾਡੇ ਅਲਫਾਜ਼ ਹੀ ਹੈ। ਭਾਜੀ ਇੱਕ ਤਾਂ ਆਪਾਂ ਲਾਈਫ ਦੇ ਵਿੱਚ ਬੜੀਆਂ ਐਪਸ ਯੂਜ਼ ਕਰਦੇ ਹਾਂ, ਤੁਸੀਂ ਵੀ ਕਦੇ ਸੋਚਿਆ ਹੋਊਗਾ ਕਿ ਮੈਂ ਯਾਰ ਹਰ ਰੋਜ਼ ਯੂਟਿਊਬ ਦੇਖਦਾ ਹਾਂ, ਅਤੇ ਮੈਂ ਕਦੇ ਇੱਦਾਂ ਡ੍ਰੀਮ ਲਿਆ ਸੀਗਾ ਕਿ ਮੈਂ ਯੂਟਿਊਬ ਦਾ ਖੁਦ ਚੈਨਲ ਕ੍ਰੀਏਟ ਕਰੂੰਗਾ ਅਤੇ ਇੰਨਾ ਫੇਮ ਨੇਮ ਵੀ ਬਣ ਜਾਏਗਾ। ਨਹੀਂ ਉਦੋਂ ਤਾਂ ਨਹੀਂ ਸੋਚਿਆ ਸੀ ਕਿਉਂਕਿ ਜਦੋਂ ਮੈਂ ਸ਼ੁਰੂ ਕੀਤਾ ਸੀ ਕਿਉਂਕਿ ਮੈਂ ਤਾਂ ਕਹਿੰਦਾ ਨਾ ਕਿ ਉਹ ਪੁਰਾਣੇ ਜਿਹੜੇ ਉਸ ਟਾਈਮ ਦਾ ਹੈਗਾ ਵਾ ਓਲਡ ਸਕੂਲ ਟਾਈਪ ਦਾ, ਕਿਉਂਕਿ ਮੈਂ ਜਦੋਂ ਸਕੂਲ ਟਾਈਮ ਤੋਂ ਵੀ ਕਰਦਾ ਸੀ ਹਰ ਜਗ੍ਹਾ ਤੇ ਮੈਂ ਮੇਰੇ ਕੋਲ ਘਰ ਪੜ੍ਹਾਈ ਦੀ ਕੋਈ ਟਰਾਫੀ ਨਹੀਂ ਮਿਲੀ, ਪਰ ਮੇਰੀ ਅਲਮਾਰੀ ਭਰੀ ਪਈ ਹੈ। ਮੈਂ ਫਸਟ ਆਇਆ ਡਾਂਸ ਕੰਪੀਟੀਸ਼ਨ ਚ, ਉਹ ਚ ਐਨੂਅਲ ਫੰਕਸ਼ਨ ਚ, ਦੂਸਰੇ ਤੀਸਰੇ ਚ। ਫਿਰ ਮੈਂ ਸੋਚਿਆ ਕਿ ਨਹੀਂ ਯਾਰ ਹੁਣ ਘਰ ਦੇ ਕਹਿੰਦੇ ਬਾਹਰ ਬੂਹਰ ਚੱਲ ਜਾਓ, ਫਿਰ ਮੈਂ ਕਿਹਾ ਬਾਹਰ ਜਾ ਕੇ ਫਿਰ ਸੈੱਟ ਹੋ ਗਏ ਫਿਰ ਕਰਾਂਗੇ ਕੰਮ। ਫਿਰ ਇੱਥੇ ਆਏ ਉਦੋਂ ਤੱਕ ਸੋਸ਼ਲ ਮੀਡੀਆ ਆਪਣਾ ਬੜਾ ਜਾਗਰੂਕ ਹੋ ਗਿਆ ਸੀ, ਫਿਰ ਔਰਕੁੱਟ ਤੋਂ ਫੇਸਬੁੱਕ 'ਤੇ ਆ ਗਏ ਸੀ ਲੋਕੀ, ਫਿਰ ਤਾਂ ਦੇਖਦਾ ਹੁੰਦਾ ਸੀ ਕਈਆਂ ਦੀ ਆਪਣਾ ਜਿਹੜੀਆਂ ਹੁੰਦੀਆਂ ਵੀਡੀਓਜ਼ ਜਿਹੜੇ ਬਾਹਰਲੇ ਜਾਂ ਜਿਹੜੇ ਹਿੰਦੀ 'ਚ ਬਣਾਉਂਦੇ ਸੀ, ਪੰਜਾਬੀ 'ਚ ਉਦੋਂ ਬਹੁਤ ਘੱਟ ਸੀ, ਮੈਨੂੰ ਲੱਗਦਾ ਨਹੀਂ ਕੋਈ ਵੀ ਬਣਾਉਂਦਾ ਸੀ। ਕਿ ਜਦੋਂ ਮੈਂ ਤੁਹਾਨੂੰ ਯਾਦ ਹੈ ਜਦੋਂ ਪੰਜਾਬ ਤੋਂ ਅੱਜ ਕੱਲ੍ਹ ਤਾਂ ਬਹੁਤ ਟਿਕਟੋਕ ਜੀ ਬਹੁਤ ਕੁਛ ਆ ਗਿਆ, ਉਸ ਟਾਈਮ ਮੈਂ 8 ਸਾਲ ਪੁਰਾਣੀ ਗੱਲ ਕਰ ਰਿਹਾ, ਮੈਨੂੰ ਜਿੱਥੇ ਤੱਕ ਯਾਦ ਹੈ ਮੈਂ ਤਾਂ ਹਿੰਦੀ ਵਾਲੇ ਦੇਖੇ ਸੀ ਜਾਂ ਇੰਗਲਿਸ਼ ਵਾਲੇ ਦੇਖੇ ਸੀ। ਯਾਰ ਪੰਜਾਬੀ 'ਚ ਵੀ ਇੱਦਾਂ ਦੀ ਪੜ੍ਹਨੀ ਚਾਹੀਦੀ ਹੈ। ਠੀਕ ਹੈ, ਦੋ ਚਾਰ ਵੀਡੀਓ ਬਣਾਈਆਂ, ਰਿਸਪੋਂਸ ਓਕੇ ਮਿਲਿਆ, ਉਸ ਤੋਂ ਬਾਅਦ ਜੋ ਮੇਹਰ ਹੋਈ ਹੈ ਵਿਊ ਕਦੋਂ 100 ਤੋਂ 1000 'ਚ, 1000 ਤੋਂ ਲੱਖ, ਲੱਖ ਤੋਂ ਮਿਲੀਅਨ 'ਚ ਕਨਵਰਟ ਹੋਏ, ਪਤਾ ਲੱਗਾ ਉਹ ਬਸ ਪਿਆਰ। ਜਿਹੜਾ ਪਿਆਰ ਹੈ ਇਕੱਲਾ ਤੁਹਾਨੂੰ ਨਹੀਂ ਮਿਲ ਰਿਹਾ, ਮਿਸਿਸ ਸਿਮਰਨ ਨੂੰ ਵੀ ਓਨਾ ਹੀ ਲੋਕ ਪਿਆਰ ਕਰ ਰਹੇ ਨੇ, ਓਨੀਆਂ ਹੀ ਵੀਡੀਓਜ਼ ਉਹਨਾਂ ਦੀਆਂ ਚੱਲ ਰਹੀਆਂ, ਕਿਤੇ ਮੁਕਾਬਲਾ ਤਾਂ ਨਹੀਂ ਘਰੇ ਕੌਣ ਅੱਗੇ ਨਿਕਲਦਾ? ਨਹੀਂ ਨਹੀਂ ਮੁਕਾਬਲਾ ਤਾਂ ਨਹੀਂ, ਮੈਂ ਤਾਂ ਇਹ ਕਹਾਂਗਾ ਕਿ ਇਹਨਾਂ ਦੇ ਆਉਣ ਤੋਂ ਬਾਅਦ ਮੈਂ ਜੇ ਇੱਥੇ ਸੀ ਤੇ ਮੈਂ ਇੱਥੇ ਪਹੁੰਚਿਆ, ਤੇ ਉਹਦਾ ਕ੍ਰੈਡਿਟ ਮੈਂ ਇਹਨਾਂ ਨੂੰ ਬਰਾਬਰ ਦਾ ਦਿੰਦਾ। ਮੈਨੂੰ ਕੋਈ ਸਿਖਾਇਆ, ਇਹਨਾਂ ਨੇ ਸਿਖਾਇਆ, ਪਹਿਲਾਂ ਬੱਚੇ ਤੋਂ ਵੀ ਆਂਦਾ ਐਕਟਿੰਗ ਦਾ ਵੀ ਇਹ ਕਿ ਤੁਸੀਂ ਸੀ ਪਤਾ ਮੈਰਿਜ ਤੋਂ ਪਹਿਲਾਂ। ਪਰ ਕਹਿੰਦੇ ਜਿਹੜੇ ਬੰਦਾ ਅਣਜਾਣ ਹੁੰਦਾ ਉਹ ਵੱਡੀਆਂ ਵੱਡੀਆਂ ਮੁਕਾਮਾਂ ਉਸ ਖੇਤਰ 'ਚ ਹਾਸਲ ਕਰ ਲੈਂਦਾ ਵਾ। ਕੋਈ ਕਿਸੇ ਇੰਡਸਟਰੀ ਤੋਂ ਜਿਵੇਂ ਰਜਨੀਕਾਂਤ ਦੀ ਗੱਲ ਕਰਦੇ ਨੇ ਕਿ ਉਹ ਬੱਸ ਕੰਡਕਟਰ ਸੀ ਤਾਂ ਉਹਨਾਂ ਨੂੰ ਕੁਛ ਵੀ ਨਹੀਂ ਆਉਂਦਾ ਹੁੰਦਾ ਸੀ, ਤਾਂ ਉਹ ਅੱਜ ਬਹੁਤ ਵੱਡੇ ਬਹੁਤ ਕੀ ਲਫ਼ਜ਼ ਮੈਂ ਉਹਨਾਂ ਲਈ ਵਰਤਾਂ ਕਿ ਐਡੇ ਵੱਡੇ ਸਟਾਰ ਨੇ। ਉਵੇਂ ਹੀ ਮੈਡਮ ਨੇ ਐਂਟਰੀ ਲਈ ਹੈ ਅਤੇ ਤੁਸੀਂ ਦੋਵਾਂ ਜਾਣਿਆਂ ਨੇ ਹੋਰ ਡਬਲ ਅਤੇ ਟ੍ਰਿਪਲ ਅਤੇ ਕੀ ਅੱਗੇ ਦੀ ਅੱਗੇ ਵਧੀ ਜਾ ਰਹੇ ਹੋ ਡੇ ਬਾਏ ਡੇ। ਬਿਲਕੁਲ ਬਿਲਕੁਲ, ਮੈਂ ਤਾਂ ਇਹੀ ਕਹਾਂਗਾ ਕਿ ਕੋਈ ਵੀ ਬੰਦਾ ਨਵਾਂ ਆਉਂਦਾ ਉਹ ਭਾਵੇਂ ਤੁਹਾਡੇ ਜੀਵਨ 'ਚ ਆਵੇ ਭਾਵੇਂ ਤੁਹਾਡੀ ਟੀਮ 'ਚ ਆਵੇ, ਉਹ ਇੱਕ ਨਵੀਂ ਐਨਰਜੀ ਲੈ ਕੇ ਆਉਂਦਾ, ਆਪਣਾ ਲੱਕ ਚੱਕਰ ਲੈ ਕੇ ਆਉਂਦਾ। ਤਾਂ ਮਿਹਨਤ ਤਾਂ ਸਾਰੇ ਕਰਦੇ ਨੇ, ਹਰ ਆਰਟਿਸਟ ਜਿਹੜਾ ਵੀ ਹੈ, ਹਰ ਇਨਸਾਨ ਮਿਹਨਤ ਕਰਦਾ। ਜਦੋਂ ਇਹ ਵੀ ਮੇਰੀ ਜੀਵਨ 'ਚ ਆਏ ਨੇ ਅਤੇ ਆਪਣੀ ਐਨਰਜੀ, ਆਪਣਾ ਲੱਕ ਚੱਕਰ, ਆਪਣੇ ਆਈਡੀਆਜ਼ ਲੈ ਕੇ ਆਏ ਨੇ, ਤਾਂ ਮੈਂ ਕਹਾਂਗਾ ਉਹਦਾ ਮੈਨੂੰ ਤਾਂ ਬਹੁਤ ਫਾਇਦਾ ਹੋਇਆ ਅਤੇ ਸਾਡੀ ਪੂਰੀ ਟੀਮ ਨੂੰ ਬਹੁਤ ਫਾਇਦਾ ਹੋਇਆ। ਸੋ
ਇਹੀ ਜੋੜੀ ਦਾ ਜਿਹੜਾ ਤੁਹਾਡਾ ਪਿਆਰ ਹੈ ਨਾ, ਇਹ ਕਈ ਘਰਾਂ ਚ ਕਹਿੰਦੇ ਕਲੇਸ਼ ਦਾ ਕਾਰਨ ਵੀ ਹੈ। ਦੇਖੋ ਜੀ ਕਿੰਨਾ ਪਿਆਰ ਕਰਦੇ ਆ ਉਹ, ਦੇਖੋ ਜੀ ਆ ਦੇਖੋ ਕਿਵੇਂ। ਮੈਂ ਕਿਹਾ ਠੀਕ ਹੈ ਜੀ ਬਸ। ਹੋਣਾ ਚਾਹੀਦਾ ਨਾ, ਦੇਖੋ ਹੋਣਾ ਚਾਹੀਦਾ ਥੋੜਾ ਕਿਤੇ ਨਾ ਕਿਤੇ। ਹਾਂ ਬਿਲਕੁਲ, ਪਹਿਲਾਂ ਮੈਂ ਵੀ ਇੱਦਾਂ ਕਰਦਾ ਹੁੰਦਾ ਸੀ ਕਿ ਇਹ ਚੀਜ਼ਾਂ ਨਹੀਂ। ਫਿਰ ਹੁਣ ਅੱਜ ਮੈਂ ਸੋਚਿਆ ਕਿ ਜੇ ਆਪਾਂ ਐਗਜ਼ਾਮਪਲ ਬਣ ਸਕਦੇ ਹਾਂ, ਵਾਈ ਨਾਟ। ਮੈਂ ਤੇ ਨਾ ਐਕਚੁਅਲੀ ਮੈਰਿਜ ਤੋਂ ਪਹਿਲਾਂ ਮੰਮਾ ਨੂੰ ਕਹਿੰਦੀ ਸੀ ਕਿ ਮੰਮਾ ਟੀਵੀ ਵਿੱਚ ਇੰਨਾ ਪਿਆਰ ਕਰਦੇ ਹਸਬੈਂਡ ਸਾਹਿਬ ਨੇ, ਅਸਲ ਜ਼ਿੰਦਗੀ ਵਿੱਚ ਹੁੰਦੇ ਨੇ ਤਾਂ ਤੁਹਾਨੂੰ ਪਾਪਾ ਕਰਦੇ ਨੇ, ਤੇ ਮੈਨੂੰ ਇੱਦਾਂ ਦਾ ਮਿਲੇਗਾ ਕਿ ਨਹੀਂ ਮਿਲੇਗਾ ਮੇਰਾ ਡ੍ਰੀਮ ਹਸਬੈਂਡ। ਤੇ ਇਹ ਮਿਲ ਗਏ ਤੇ ਮੇਰਾ ਤੇ ਇੱਦਾਂ ਲੱਗ ਰਿਹਾ ਕਿ ਮੈਂ ਟੀਵੀ ਵਿੱਚੋਂ ਨਾ ਵੇਖ ਵੇਖ ਕੇ ਅਸਲੀ ਜ਼ਿੰਦਗੀ ਚੈੱਕ ਕਰ ਲਿਆ। ਕਿਤੇ ਤੁਸੀਂ ਤਾਂ ਨੀ ਉਹ ਸੋਮਵਾਰ ਦੇ ਵਰਤ ਰੱਖਦੇ ਸੀਗੇ ਕਿ ਹਾਂ ਭਾਈ ਮੈਨੂੰ ਵੀ ਜਿਹੜਾ ਪਿਆਰ ਕਰਨ ਵਾਲਾ ਸੋਹਣਾ ਸੁਨੱਖਾ ਘਰ ਵਾਲਾ ਮਿਲ ਜੇ? ਨਹੀਂ ਨਹੀਂ, ਵਰਤ ਤੇ ਮੈਂ ਅੱਜ ਤੱਕ ਕੋਈ ਨਹੀਂ ਰੱਖਿਆ, ਭਗਵਾਨ ਲਈ ਚੂਜ਼ ਕੀਤਾ ਹੋਇਆ ਸੀ ਮੇਰੇ ਵਾਸਤੇ। ਠੀਕ ਹੈ ਜੀ। ਭਾਜੀ ਮੇਰਾ ਹੁਣ ਤੁਹਾਡੇ ਤੋਂ ਇੱਕ ਸਵਾਲ ਸੀਗਾ ਕਿ ਜਿਹੜੀ ਤੁਸੀਂ ਫਿਲਮ ਬਣਾਈ ਸੀ ਜਾਂ ਜਿਹ 'ਚ ਕੰਮ ਕੀਤਾ ਸੀ, ਤੇ ਉਹ ਹਿੱਟ ਵੀ ਗਈ ਆ, ਸੁਪਰ ਹਿੱਟ ਵੀ ਗਈ ਆ, ਤੇ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਉਹਦੇ ਵਿੱਚ? ਬਹੁਤ ਅੱਛਾ ਭਾਜੀ, ਕਿਉਂਕਿ ਮੇਰੇ ਲਈ, ਮੈਂ ਆਪਣੀ ਪਰਸਨਲੀ ਗੱਲ ਕਰਾਂ, ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ ਮੈਂ, ਮੇਰਾ ਕੋਈ ਫਿਲਮੀ ਬੈਕਗ੍ਰਾਉਂਡ ਨਹੀਂ। ਮੈਂ ਅੱਜ ਤੱਕ ਟੱਚਵੁੱਡ ਜਿਸ ਵੀ ਮੁਕਾਮ ਤੇ ਪਹੁੰਚਿਆ ਵਾਂ, ਆਪਣੀ ਹਾਰਡ ਵਰਕ ਪੈਸ਼ਨ ਨਾਲ ਚੱਲਦਾ ਰਿਹਾ, ਵੀਡੀਓਜ਼ ਕਰਦਾ ਰਿਹਾ, ਦੈਨ ਸਡਨਲੀ ਮੈਨੂੰ ਮੈਸੇਜ ਆਉਂਦਾ, ਮੇਰੀ ਗੱਲ ਹੁੰਦੀ ਹੈ, ਜਦੋਂ ਉਹਨਾਂ ਨੇ ਅਪਰੋਚ ਕੀਤਾ ਕਿ ਫਿਲਮ ਆ ਰਹੀ ਬੜੀ ਅੱਛੀ ਤੇ ਉਹਦੇ ਲਈ ਤਾਂ ਮੇਨ ਲੀਡ ਲਈ ਕਾਸਟ ਕਰਨਾ, ਦਿੱਲੀ ਤੇ ਉਹ ਸੁਪਨਾ ਹੈ। ਮੇਰੇ ਲਈ ਭਾਈ ਦੀ ਇੱਜ਼ਤ ਦਿਲ ਚ ਜਿਹੜੀ ਉਹ ਹਮੇਸ਼ਾ ਰਹੇਗੀ, ਕਿਉਂਕਿ ਉਸ ਟਾਈਮ ਲੋਕਾਂ ਨੇ ਮੈਨੂੰ ਵੀਡੀਓ ਦੀ ਤਰ੍ਹਾਂ ਦੇਖਿਆ ਸੀ, ਮੈਨੂੰ ਵੱਡੇ ਪਰਦੇ ਤੇ ਲੈ ਕੇ ਆਏ ਹੋ, ਤੇ ਚਲੋ ਉਸ ਤੋਂ ਬਾਅਦ ਹੋਰ ਕਈ ਆਫਰ ਕਈ ਗੱਲਾਂ ਚੱਲੀਆਂ, ਚੱਲ ਰਹੀਆਂ ਵੀ ਨੇ ਤਾਂ ਕਿ ਪ੍ਰੋਜੈਕਟ ਆ ਵੀ ਰਹੇ ਨੇ, ਬਟ ਉਹ ਜਿਹੜਾ ਪਹਿਲਾ ਮੂਮੈਂਟ ਜਿਹੜਾ ਹੁੰਦਾ ਤੁਹਾਡਾ, ਉਹ ਤੁਹਾਡੀ ਲਾਈਫ 'ਚ ਉਹ ਬੜਾ ਸਪੈਸ਼ਲ ਹੁੰਦਾ। ਸੋ ਦਿੱਲੀ ਉਹ ਠੀਕ ਭਾਅ ਜੀ, ਬਹੁਤ ਤਕੜਾ ਅਨੁਭਵ ਰਿਹਾ, ਡਿਫਰੈਂਟ ਲਾਈਫ ਐਂਡ ਬੈਸਟ ਜੀ। ਤੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਜਿਹੜੀ ਤੁਹਾਡੀ ਪਹਿਲੀ ਫਿਲਮ ਸੀ ਉਹਦਾ ਨਾਮ ਕੀ ਸੀ ਤੇ ਕਿਹੜੇ ਕਿਹੜੇ ਆਰਟਿਸਟ ਸੀ? ਸਾਡੀ ਪਹਿਲੀ ਮੂਵੀ ਦਾ ਜਿਹੜਾ ਨਾਮ ਹੈ ਉਹ ਤੇਰੀ ਮੇਰੀ ਜੋੜੀ, ਉਹਦੇ 'ਚ ਮੈਂ ਕਿੰਗ ਬੀ ਚੌਹਾਨ ਤੇ ਮੇਰਾ ਸਾਥ ਦੇ ਰਹੇ ਸੀ ਨਾਲ ਸੈਮੀ ਗਿੱਲ, ਜਿਹੜੇ ਕਿ ਮਿਊਜ਼ਿਕ ਬਣਾਉਂਦੇ ਨੇ, ਬੜੇ ਅੱਛੇ ਬੈਟਰੀਨ ਆਰਟਿਸਟ ਨਾਲ ਕੰਮ ਕਰਦੇ ਨੇ। ਉਸ ਤੋਂ ਇਲਾਵਾ ਮੋਨਿਕਾ ਸ਼ਰਮਾ, ਜਿਹੜੀ ਕੁੜੀ ਮਾਡਲ, ਕੁਲਵਿੰਦਰ ਬਿੱਲ ਨੇ ਟਾਈਮ ਟੇਬਲ ਗਾਣੇ 'ਚ ਬਹੁਤ ਸਾਰੇ ਗਾਣੇ ਕੀਤੇ ਉਹਨਾਂ ਨੇ, ਤੇ ਉਸ ਤੋਂ ਬਾਅਦ ਜੈਜ਼ੀ ਬੈਡਰੀਨੀ ਇੱਕ ਗੋਰੀ ਹੈ, ਇੰਗਲੈਂਡ ਦੀ ਹੈ, ਕਿਉਂਕਿ ਉਹ ਟੈਕ ਦੀ ਡਿਮਾਂਡ ਸੀ। ਤੇ ਸ਼ਕਤੀ ਕਪੂਰ, ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ, ਤੇ ਉਸ ਤੋਂ ਬਾਅਦ ਗੈਸਟ ਰੋਲ ਸੀਗਾ ਸਿੱਧੂ ਗੁੱਸੇ ਵਾਲੇ ਦਾ, ਤੇ ਉਸ ਤੋਂ ਬਾਅਦ ਆਪਣਾ ਹੋਰ ਹਰਪਾਲ ਜੀ, ਕਈ ਬਿਹਤਰੀਨ ਪੰਜਾਬ ਦੇ ਦਿੱਗਜ ਸਿੱਖ ਵਿੱਚ, ਮਤਲਬ ਕਿ ਸਭ ਦੇ ਰੋਲ ਸੀ, ਪਰਮਿੰਦਰ ਗਿੱਲ ਜੀ, ਆਪਣਾ ਜੇਕੋਵਾਲ ਮੈਡਮ, ਰਾਣੋ, ਕੀ ਨਾਮ ਰਾਣੋ ਦਾ, ਕਰਮ ਕੌਰ, ਸੋਰੀ। ਸੋ ਭਾਜੀ ਇੱਕ ਹੁੰਦਾ ਵਾ ਕਿ ਆਪਾਂ ਨੂੰ, ਹਰ ਕਿਸੇ ਨੂੰ ਹੁੰਦਾ ਕਿ ਮੈਂ ਇਸ ਮੁਕਾਮ ਤੇ ਪਹੁੰਚ ਚੁੱਕਾ ਵਾਂ ਕਿ ਮੈਂ ਸ਼ਾਇਦ ਕਿਸੇ ਹੋਰ ਲਈ ਨਾ ਕੰਮ ਕਰਾਂ, ਕਿਵੇਂ ਦਾ ਫੀਲ ਆਇਆ ਜਦ ਤੁਸੀਂ ਕਿਸੇ ਹੋਰ ਪ੍ਰੋਡਿਊਸਰ ਲਈ ਕੰਮ ਕੀਤਾ? ਨਹੀਂ, ਫੀਲ ਤਾਂ ਬਹੁਤ ਅੱਛਾ ਹੈ, ਪਰ ਇੱਕ ਡਰ ਹੁੰਦਾ ਨਾ ਕਿ ਤੁਸੀਂ ਜਦੋਂ ਕਿਸੇ ਲਈ ਕੰਮ ਕਰਦੇ ਹੋ ਨਾ, ਮੈਂ ਜੋ ਆਪਣੀ ਨੋਟ ਦੀ ਚੀਜ਼, ਜਦੋਂ ਆਪਾਂ ਆਪਣੇ ਲਈ ਵੀਡੀਓਜ਼ ਬਣਾਉਂਦੇ ਹਾਂ ਜਾਂ ਕੁਛ ਕਰਦੇ ਹਾਂ, ਸਾਨੂੰ ਬੜਾ ਹੁੰਦਾ ਕਿ ਇੱਕ ਕੰਫਰਟ ਹੁੰਦਾ ਕਿ ਆਪਾਂ ਆਪਣੇ ਆਪ ਇੱਦਾਂ ਪ੍ਰਜੈਂਟ ਕਰਨਾ ਲੋਕਾਂ ਅੱਗੇ, ਸਾਡੀ ਕਿ ਇਮੇਜ ਬਣ ਚੁੱਕੀ ਹੈ, ਸਾਨੂੰ ਲੋਕ ਇੱਦਾਂ ਪਸੰਦ ਕਰਦੇ ਨੇ। ਸਾਡੇ ਮਨ 'ਚ ਡਰ ਹੁੰਦਾ ਕਿ ਦੂਸਰੇ ਲਈ ਕੰਮ ਕਰਾਂਗੇ, ਪਤਾ ਨਹੀਂ ਸਾਨੂੰ ਕਿੱਦਾਂ ਪ੍ਰਜੈਂਟ ਕਰੇਗਾ, ਪਰ ਸਾਨੂੰ ਕਿੱਦਾਂ ਲੈ ਕੇ ਆਏਗਾ ਜਾਂ ਸਾਨੂੰ ਜਸਟੀਫਾਈ ਕਰ ਪਾਏਗਾ ਕਿ ਨਹੀਂ। ਸੋ ਉਹ ਹਲਕੀ ਜਿਹੀ ਡਰ ਸੀਗਾ ਮਨ 'ਚ, ਬਟ ਉਹ ਜਦੋਂ ਸੈੱਟ 'ਤੇ ਗਏ ਉਹ ਸਭ ਕਲੀਅਰ ਹੋ ਗਿਆ, ਕਿਉਂਕਿ ਸਾਨੂੰ ਜਿੱਦਾਂ ਪ੍ਰਜੈਂਟ ਕੀਤਾ ਗਿਆ, ਜਿੱਦਾਂ ਸਾਨੂੰ ਭਾਜੀ ਨੇ ਸਾਨੂੰ ਦਿਖਾਇਆ ਕਿ ਇਹ ਕਰੈਕਟਰ ਹੈ, ਵੀ ਇਹ ਸਾਡੀ ਐਕਟਿੰਗ ਜਿਹੜੀ ਅੰਦਰ ਸੀਗੀ ਉਹਨੂੰ ਉਸ ਤੋਂ ਵੱਧ ਕੇ ਬਾਹਰ ਕੱਢਿਆ ਉਹਨਾਂ ਨੇ, ਪੜਦੇ ਅੱਗੇ, ਵੱਡੇ ਪੜਦੇ ਅੱਗੇ। ਸੋ ਬਹੁਤ ਵਧੀਆ, ਸੋ ਉਸ ਤਰ੍ਹਾਂ ਮੇਰਾ ਖਤਮ ਹੋ ਗਿਆ ਕਿ ਸਿਰਫ ਆਪਣੇ ਲਈ ਕੰਮ ਕਰਨਾ, ਕਿ ਜਿਹਦੇ ਲਈ ਵੀ ਕੰਮ ਕਰੋ ਉਹ ਬੰਦੇ ਦੇ ਆਪਣਾ ਇੱਕ ਤਰੀਕਾ ਹੁੰਦਾ, ਤੁਹਾਡੇ ਕੋਲ ਕਿਤੇ ਜ਼ਿਆਦਾ ਵੱਧ ਕੇ ਵਧੀਆ ਕੰਮ ਕਰਾ ਸਕਦਾ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਤੁਹਾਨੂੰ ਵੀ ਵਧੀਆ ਲੱਗ ਰਿਹਾ ਵਾ, ਫੀਲ ਕਰ ਰਹੇ ਹੋ, ਗੁੱਡ ਫੀਲ ਕਰ ਰਹੇ ਹੋ ਕੰਮ ਕਰਕੇ, ਕਈ ਵਾਰ ਆਪਾਂ ਇਹ ਦੇਖਦੇ ਹੁੰਦੇ ਹਾਂ ਕਿ ਲੋਕ ਆਪਦੀ ਜਿਹੜੀ ਪਰਸਨਲ ਲਾਈਫ ਹੁੰਦੀ ਹੈ ਉਹ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਡਿਸਕਲੋਜ ਨਹੀਂ ਕਰਦੇ, ਕਿਉਂਕਿ ਆਪਦੇ ਰਿਲੇਸ਼ਨਸ਼ਿਪ, ਆਪਦੀ ਮੈਰਿਡ ਲਾਈਫ ਨਹੀਂ ਕਰ ਰਹੇ, ਪਰ ਤੁਹਾਡੀ ਇੱਕ ਮੈਰਿਡ ਲਾਈਫ ਆ ਜਿਹਨੂੰ ਲੋਕਾਂ ਨੇ ਇੰਨਾ ਕੁ ਅਸੈਪਟ ਕੀਤਾ ਹੋਇਆ, ਇੰਨਾ ਕੁ ਜ਼ਿਆਦਾ ਮਤਲਬ ਦਿਲਾਂ 'ਚ ਪਿਆਰ ਆ। ਹੁਣੇ ਆਪਾਂ ਜਦ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਗੱਲ ਕਰ ਰਹੇ ਸੀ ਆਪਾਂ ਕਿ ਸਾਡੇ ਹੀ ਜਿਹੜੇ ਸਟੂਡੀਓ ਦੇ ਅੱਧੇ ਲੋਕ ਤੁਹਾਡੇ ਫੈਨ ਨੇ,
ਮੈਂ ਡਿਸਕਲੋਜ਼ਰ ਦੀ ਗੱਲ ਤੁਸੀਂ ਕੀਤੀ ਹੈ, ਇਹਨਾਂ ਦਾ ਵੀ ਐਕਸਪੀਰੀਅੰਸ ਹੈ, ਤੁਸੀਂ ਦੱਸੋਗੇ ਕੀ ਤੁਸੀਂ ਕਹਿੰਦੇ ਸੀ ਕੀ ਸੀ? ਮੈਂ ਦੇਖਦੀ ਹੁੰਦੀ ਸੀ ਲਾਈਕ ਉਹਨਾਂ ਡਿਸਕਲੋਜ਼ ਨਹੀਂ ਕਰਦੇ ਇਵਨ ਕਿ ਸਾਡੇ ਕਈ ਹੈਗੇ ਨੇ ਜਿਹੜੇ ਪੋਲਿਟਿਕਸ ਵਿੱਚ ਹੁੰਦੇ ਨੇ ਉਹ ਇੰਨੇ ਲੈਵਲ ਤੇ ਨਹੀਂ ਪਹੁੰਚੇ ਹੁੰਦੇ ਪਰ ਫਿਰ ਵੀ ਆਪਣੀ ਵਾਈਫ ਨੂੰ ਅੱਗੇ ਨਹੀਂ ਲੈ ਕੇ ਜਾਂਦੇ ਕਿ ਫੋਟੋਜ਼ ਵੀ ਪਾਉਣੀਆਂ ਫੇਸਬੁੱਕ ਤੇ ਕਿ ਲੋਕਾਂ ਨੂੰ ਪਤਾ ਲੱਗ ਜਾਂਦੇ ਕਿ ਮੈਰਿਡ ਹੈ ਤੇ ਮੈਂ ਇਹਨਾਂ ਨੂੰ ਮੈਰਿਜ ਤੋਂ ਪਹਿਲਾਂ ਕੁਐਸਚਨ ਜ਼ਰੂਰ ਕੀਤਾ ਸੀ ਕਿ ਤੁਸੀਂ ਕਿਤੇ ਸੇਮ ਚੀਜ਼ ਤੇ ਨਹੀਂ ਕਰੋਗੇ ਕਿ ਤੁਸੀਂ ਮੈਨੂੰ ਸ਼ੋਅ ਹੀ ਨਾ ਕਰੋ ਕਿ ਤੁਹਾਡੀ ਮੈਰਿਜ ਹੋਈ ਹੈ ਕਿ ਨਹੀਂ ਹੋਈ ਹੈ ਤੇ ਫਿਰ ਇਹਨਾਂ ਨੇ ਕਿਹਾ ਕਿ ਨਹੀਂ ਮੈਂ ਤੇ ਕਿਉਂ ਖੁਸ਼ ਹੋ ਕੇ ਕਰਾਂਗਾ ਕਿ ਮੇਰੀ ਵਾਈਫ ਹੈ ਮੈਂ ਕਿਉਂ ਲੋਕਾਂ ਕੋਲ ਲੁਕਾਵਾਂ ਇਹ ਹੁੰਦਾ ਹੈ ਪੰਜਾਬੀ ਇੰਡਸਟਰੀ 'ਚ ਵੀ ਕਈ ਕਲਾਕਾਰ ਨੇ ਜਾਂ ਬੋਲੀਵੁੱਡ 'ਚ ਨਹੀਂ ਜਾਂ ਹਾਲੀਵੁੱਡ 'ਚ ਵੀ ਹੋਣਗੇ ਕਈ ਕਲਾਕਾਰ ਜਿਹੜਾ ਆਪਣਾ ਰਿਲੇਸ਼ਨ ਨੂੰ ਬੜਾ ਸੀਕ੍ਰੇਟ ਰੱਖਦੇ ਨੇ ਮੈਂ ਕਹਿੰਦਾ ਜਦੋਂ ਗਰਲਫ੍ਰੈਂਡ ਜਾਂ ਬੋਏਫ੍ਰੈਂਡ ਹੁੰਦਾ ਸੀਕ੍ਰੇਟ ਰੱਖਣਾ ਤੁਸੀਂ ਮੈਂ ਸਮਝ ਸਕਦਾ ਕਿਉਂਕਿ ਉਦੋਂ ਕਿਤੇ ਨਾ ਕਿਤੇ ਤੁਸੀਂ ਸ਼ੋਰ ਨਹੀਂ ਹੁੰਦੇ ਜੇ ਤੁਹਾਡੀ ਵਾਈਫ ਹੈ ਜਾਂ ਹਸਬੈਂਡ ਹੈ ਸੋ ਆਈ ਥਿੰਕ ਤੁਹਾਨੂੰ ਬਾਹਰ ਲਿਆਉਣਾ ਚਾਹੀਦਾ ਤੁਹਾਨੂੰ ਦੱਸਣਾ ਚਾਹੀਦਾ ਲੋਕਾਂ ਨੂੰ ਜਿਹੜੀ ਰਿਸਪੈਕਟ ਜਿਹੜਾ ਪਿਆਰ ਤੁਹਾਨੂੰ ਮਿਲ ਰਿਹਾ ਤੁਹਾਡਾ ਪਾਰਟਨਰ ਵੀ ਉਹੀ ਡਿਜ਼ਰਵ ਕਰਦਾ ਸੋ ਆਈ ਥਿੰਕ ਬੜਾ ਜ਼ਰੂਰੀ ਹੈ ਤੁਹਾਡੇ ਪਾਰਟਨਰ ਨੂੰ ਵੀ ਸੇਮ ਅਮਾਊਂਟ ਦਾ ਪਿਆਰ ਮਿਲਿਆ ਅੱਜ ਜਦੋਂ ਮੈਂ ਜਾਂਦਾ ਬਾਹਰ ਕਿਤੇ ਲੋਕੀ ਜਦੋਂ ਕਹਿੰਦੇ ਤੁਹਾਡੇ ਨਾਲ ਫੋਟੋ ਕਰਾਉਣੀ ਹੈ ਤੇ ਉਹ ਨਾਲ ਸਿਮਰਨ ਨਾਲ ਵੀ ਕਰਦੇ ਨੇ ਸੋ ਉਹ ਹੋ ਸਕਦਾ ਕਿ ਅਗਰ ਮੈਂ ਪਬਲਿਕਲੀ ਨਾ ਦੱਸਿਆ ਹੁੰਦਾ ਸ਼ਾਇਦ ਕਿਤੇ ਨਾ ਕਿਤੇ ਇਸ ਪਿਆਰ ਤੋਂ ਵੰਚਿਤ ਰਹਿ ਜਾਂਦੀ ਤੇ ਫਿਰ ਉਹਨੂੰ ਦਿਲ ਚ ਮੈਨੂੰ ਕਹਿੰਦੀ ਨਾ ਭਾਵੇਂ ਦਿਲ ਚ ਦੱਸਦਾ ਫਿਰ ਉਹ ਦਿਲ ਦੀ ਗੱਲ ਥੋੜ੍ਹੀ ਜਿਹੀ ਸਮਝ ਲਈ ਪਹਿਲੇ ਆਪਾਂ ਕਹਿੰਦੇ ਆਪਾਂ ਦੱਸਣਾ ਕਿ ਨਹੀਂ ਯਾਰ ਦੁਆ ਕਰਦਾ ਕਿ ਸਾਰੇ ਜਿਹੜੇ ਵੀ ਵਿਆਹ ਜੋੜੇ ਨੇ ਜੇ ਤੁਸੀਂ ਆਰਟਿਸਟ ਹੋ ਜਾਂ ਕਿਸੇ ਵੀ ਪੀਰੀਅਡ 'ਚ ਹੋ ਬੋਲ ਕੇ ਦੱਸੋ ਯਾਰ ਮਤਲਬ ਤੁਸੀਂ ਲਵ ਸਿੰਬਲ ਬਣ ਚੁੱਕੇ ਹੋ ਜੇ ਅੱਗੇ ਤਾਂ ਹਾਰਟ ਸ਼ੇਪ ਕਹਿੰਦੇ ਸੀ ਹੁਣ ਲੋਕੀ ਤੁਹਾਡਾ ਨਾਮ ਲੈਂਦੇ ਕਿੰਗ ਤੇ ਸਿਮਰਨ ਵਾਲੀ ਜੋੜੀ ਹੋਣੀ ਚਾਹੀਦੀ ਹੈ ਕੋਸ਼ਿਸ਼ ਕਰ ਰਿਹਾ ਮੈਂ ਗਲੈਡ ਕਿ ਤੁਹਾਡੀ ਗੱਲ ਬਿਲਕੁਲ ਇਦਾਂ ਹੀ ਹੋਵੇ ਕਿ ਸਿੰਬਲ ਬਣ ਜਾਈਏ ਜੇ ਨਹੀਂ ਬਣੇ ਤੇ ਜਾਂ ਬਣ ਗਈਆਂ ਤੇ ਬਹੁਤ ਵਧੀਆ ਗੱਲ ਹੁਣ ਆਪਾਂ ਸ਼ੋਅ ਨੂੰ ਅੱਗੇ ਵਧਾਉਂਦੇ ਹਾਂ ਤੇ ਸਾਡਾ ਜਿਹੜਾ ਪਹਿਲਾ ਸੈਗਮੈਂਟ ਆ ਉਹ BTS ਆਪਾਂ ਉਹਦੇ ਵਿੱਚ ਤੁਹਾਨੂੰ ਕੁਝ ਤੁਹਾਡੀਆਂ ਤਸਵੀਰਾਂ ਦਿਖਾਉਂਦੇ ਹਾਂ ਪਹਿਲੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਜੀ ਭਾਜੀ ਜੀ ਨਾ ਸੀਗੀ ਜਦੋਂ ਮੂਵੀ ਸਾਡੀ ਸ਼ੁਰੂ ਹੋਣੀ ਸੀ ਉਸ ਤੋਂ ਦੋ ਦਿਨ ਪਹਿਲੇ ਭਾਜੀ ਨੇ ਪਾਰਟੀ ਆਰਗਨਾਈਜ਼ ਕੀਤੀ ਸੀ ਕੈਨੇਡਾ 'ਚ ਮੇਰੀ ਬਰਥਡੇ ਪਾਰਟੀ ਤੇ ਮੇਰੇ ਬਰਥਡੇ ਦੀ ਹੈ ਕੈਨੇਡਾ ਸੋ ਗੁੱਡ ਬਿਕੋਜ਼ ਮੈਂ ਉੱਥੇ ਗਿਆ ਪਤਾ ਨਹੀਂ ਭਾਈ ਨੇ ਮੇਰੇ ਲਈ ਸਰਪ੍ਰਾਈਜ਼ ਪਾਰਟੀ ਆਰਗਨਾਈਜ਼ ਕੀਤੀ ਹੈ 24 ਨੂੰ ਮੇਰਾ ਬਰਥਡੇ ਸੀ 24 ਨੂੰ ਭਾਜੀ ਨੇ ਟਿਕਟ ਬੁੱਕ ਕਰਾਈ ਮੇਰੀ ਆਪਣੇ ਬਰਥਡੇ ਵਾਲੇ ਦਿਨ ਟਰੈਵਲ ਕੀਤਾ ਤੇ 25 ਨੂੰ ਰਾਤੀ ਭਾਜੀ ਦੀ ਪਾਰਟੀ ਥੈਂਕ ਯੂ ਲਵ ਯੂ ਭਾਜੀ ਜੇ ਕੈਨੇਡਾ ਕਿਹੜੇ ਸ਼ਹਿਰ ਆਏ ਸੀ ਤੁਸੀਂ ਮੈਂ ਭਾਜੀ ਆਇਆ ਸੀ ਵੈਨਕੂਵਰ ਸਰੀ ਇਹਦੇ ਨਾਲ ਹੀ ਹੁਣ ਮੈਂ ਤੁਹਾਨੂੰ ਦਿਖਾਉਂਦਾ ਵਾਂ ਤੁਹਾਡੀ ਅਗਲੀ ਤਸਵੀਰ ਤੇ ਦੱਸਿਓ ਕਿ ਇਹਦਾ ਕੀ ਸੀਗਾ ਜੀ ਇਹ ਸੁੱਖਾ ਭਾਜੀ ਨੇ ਸਿਡਨੀ ਦੇ ਕੈਰੀਅਨ ਜੱਟਾ ਫਿਲਮ ਦੇ ਪ੍ਰੋਡਿਊਸਰ ਨੇ ਤੇ ਆਪਣਾ ਕੈਰੀਅਨ ਜੱਟਾ ਟੂਰ ਦੇ ਵੀ ਤੇ ਉਹ ਸ਼ੋਅ ਆਰਗੇਨਾਈਜ਼ ਕਰਦੇ ਨੇ ਤੇ ਸਿੱਧੂ ਮੂਸੇਵਾਲਾ ਇਹ ਉਸ ਦਾ ਕੰਪਨੀ ਸ਼ੋਅ ਹੁੰਦਾ ਸੀ ਸਿਡਨੀ 'ਚ ਸ਼ੋਅ ਸੀ ਜਿਹਨੂੰ ਹੋਸਟ ਮੈਂ ਕਰ ਰਿਹਾ ਸੀ ਉਦੋਂ ਸਿੱਧੂ ਮੂਸੇਵਾਲਾ ਤਾਂ ਮੇਰੀ ਪਹਿਲੀ ਮੁਲਾਕਾਤ ਸੀ ਤੇ ਬੜੀ ਇੰਟਰਸਟਿੰਗ ਸਟੋਰੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਗਾਣੇ ਇਸ ਵਕਤ ਜੀ ਵੈਗਨ ਗੱਲਾਂ ਬੜੇ ਹਿੱਟ ਹੋ ਗਏ ਸੀ ਇਸ ਲਈ 10-11 ਗਾਣੇ ਬੜੇ ਵੱਡੇ ਹਿੱਟ ਹੋ ਗਏ ਸੀ ਸੋ ਉਸ ਟਾਈਮ ਮੈਨੂੰ ਸ਼ੋਅ ਹੋਸਟ ਜ਼ਿੰਮੇਵਾਰੀ ਮਿਲੀ ਸੀ ਮੈਂ ਆਪਣੀ ਪ੍ਰੈਪਰੇਸ਼ਨ ਕਰਕੇ ਸਾਈਡ ਤੇ ਖੜਾ ਹੋ ਕੇ ਮੈਂ ਟੇਢੀ ਜਿਹੀ ਅੱਖ ਨਾਲ ਦੇਖਿਆ ਸਿੱਧੂ ਨੂੰ ਤੇ ਮੈਨੂੰ ਲੱਗਾ ਇੱਦਾਂ ਕਿ ਹੋ ਸਕਦਾ ਕਿ ਬੰਦੇ ਜਿਹਨੂੰ ਥੋੜ੍ਹੀ ਆਕੜ ਹੋਏਗੀ ਬਿਕੋਜ਼ ਜਿੱਦਾਂ ਦੇ ਗਾਣੇ ਨੇ ਆਪਾਂ ਕਈ ਵਾਰੀ ਇੱਕਦਮ ਕਰ ਲੈਂਦੇ ਹਾਂ ਕਿ ਇਹ ਬੰਦਾ ਅਸਿਊਮ ਕਰ ਲੈਂਦੇ ਹਾਂ ਕਿ ਇਹ ਬੰਦਾ ਯਾਰ ਇੱਦਾਂ ਦਾ ਹੋਏਗਾ ਸੋ ਮੈਂ ਆਪਣੇ ਵੱਲੋਂ ਸੋਚ ਲਿਆ ਕਿ ਬੰਦੇ 'ਚ ਆਕੜ ਹੋਣੀ ਹੈ ਤਾਂ ਉਹਨਾਂ ਤਾਂ ਮੈਂ ਨਹੀਂ ਬਣਾਉਣਾ ਮੈਂ ਆਪਣਾ ਲੱਗਾ ਰਿਹਾ ਚੁੱਪ ਚਾਪ ਸਾਈਡ ਦੇ ਪ੍ਰੈਪਰੇਸ਼ਨ ਕਰ ਉਹਨਾਂ ਦੇ ਕੋਲ ਉਸ ਟਾਈਮ 10-15 ਬੰਦੇ ਆਸ ਪਾਸ ਖੜੇ ਸੀ ਉਹਨਾਂ ਨੂੰ ਛੱਡ ਕੇ ਮੇਰੇ ਕੋਲ ਆਏ ਠੀਕ ਹੈ ਤੇ ਮੈਨੂੰ ਆ ਕੇ ਆਪਣਾ ਹੋਰ ਕੀ ਵੀਰੇ ਸੋ ਆਈ ਵਾਸ ਲਾਈਕ ਤੇ ਆ ਕੇ ਇਹਨਾਂ ਨੇ ਆਪਣਾ ਵੀਰੇ ਸਾਰੇ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਉਸ ਤੋਂ ਪਹਿਲੇ ਮੈਂ ਸ਼ੋਅ ਦੀ ਪ੍ਰਮੋਸ਼ਨ ਵਾਸਤੇ ਵੀਡੀਓ ਬਣਾਈ ਸੀ ਜਿੱਥੇ ਮੈਂ ਇੱਕ ਇਹਨਾਂ ਦੇ ਪੰਜ ਲਾਈਨ ਬਣਾਈ ਸੀ ਸਵਾਲ ਦੇ ਫਨੀ ਵੇਚ ਬਟ ਇਨ ਅ ਨਾਈਸ ਵੇ ਉਹਨਾਂ ਦਾ ਜ਼ਿਕਰ ਵੀ ਕੀਤਾ ਕਿ ਤੁਸੀਂ ਮੇਰੀ ਬਹੁਤ ਆਪਣਾ ਕਰਦੇ ਹੋ ਮੈਂ ਕਿਹਾ ਭਾਜੀ ਉੱਦਾਂ ਹੀ ਸਭ ਕਰ ਦਿੰਦਾ ਰਹਿੰਦਾ ਕਹਿੰਦੇ ਨੇ ਕਹਿੰਦੇ ਬਹੁਤ ਵਧੀਆ ਮੈਂ ਤੁਹਾਡੀ ਵੀਡੀਓਜ਼ ਦੇਖਦਾ ਬਹੁਤ ਅੱਛੇ ਲੱਗਦੇ ਸੋ ਟੱਚ ਕਿ ਜਦੋਂ ਬੰਦਾ ਆਪਣਾ ਸ਼ੋਅ ਕਰਨ ਆਇਆ ਤੇ ਉਹ ਆ ਕੇ ਇੰਨਾ ਨਾਈਸ ਜੈਸਚਰ ਦੇ ਰਿਹਾ ਸੋ ਉਸ ਦਿਨ ਤੋਂ ਮੈਂ ਕਹਿੰਦਾ ਨਹੀਂ ਯਾਰ ਬੰਦਾ ਵਧੀਆ ਤੇ ਦਿਲ ਦਾ ਨਹੀਂ ਮਾੜਾ ਸੋ ਉਦੋਂ ਦੀ ਤਸਵੀਰ ਹੈ ਆਪਾਂ ਇਕੱਠੇ ਪਹਿਲਾਂ ਸ਼ੋਅ ਕੀਤਾ ਬਾਅਦ ਮੈਨੂੰ ਪਤਾ ਨਹੀਂ ਸੀ ਕਿ ਇੱਕ ਦਿਨ ਆਪਾਂ ਇਕੱਠੇ ਫਿਲਮ ਵੀ ਕਰਾਂਗੇ ਅੱਗੇ ਜਾ ਕੇ ਉਦੋਂ ਬਿਲਕੁਲ ਪਲਾਨ ਨਹੀਂ ਸੀ ਤੇ ਪੰਜ ਲਾਈਨਾਂ ਕਿਹੜੀਆਂ ਮਾਰੀਆਂ ਸੀ ਭਾਜੀ ਪੰਚ ਲਾਈਨ ਏਦਾਂ ਸੀ ਕਿ ਉਹ ਨਾ ਇੱਕ ਮੈਂ ਬੰਦੇ ਨੂੰ ਬਣਾਇਆ ਸੀ
ਸਮੋਸੇ ਵਾਲਾ ਸੀ ਉਹ ਪਤਾ ਰੇੜੀ ਦਿਖਾਈ ਸੀ ਉਹਦੀ ਤੇ ਉਹ ਕੁੜੀ ਨੂੰ ਖੇਡਦਾ ਮੈਂ ਤੇ ਕੁੜੀ ਬੁਲਾਉਂਦੀ ਮੁੰਡੇ ਨੂੰ ਤੇ ਕਹਿੰਦਾ ਤੇਰਾ ਨਾਮ ਕੀ ਹੈ ਕਹਿੰਦਾ ਸਿੱਧੂ ਸਿੱਧੂ ਕਿਹੜਾ ਸਮੋਸੇ ਵਾਲਾ ਉਹ ਸੀ ਉਹ ਸਿੱਧੂ ਸਮੋਸੇ ਵਾਲਾ ਤਾਂ ਕਰਕੇ ਕਹਿੰਦੇ ਤੁਸੀਂ ਚੰਗੀ ਵਾਰੀ ਉਹ ਕਰਦੇ ਹੋ ਮੈਂ ਕਿਹਾ ਬਾਈ ਲੈ ਸੀ ਵੀਰੇ ਕੋਈ ਐਸੀ ਗੱਲ ਨਹੀਂ ਠੀਕ ਹੈ ਜੀ ਇਹਦੇ ਨਾਲ ਹੀ ਮੈਂ ਦਿਖਾਉਣਾ ਤੁਹਾਨੂੰ ਤੁਹਾਡੀ ਅਗਲੀ ਤਸਵੀਰ ਹਾਂ ਸਾਡਾ ਕਾਕਾ ਸਮਰਾਟ ਚੌਹਾਨ ਫੋਟੋ ਆਪਾਂ ਵਾਕ ਕਰਨ ਨਹੀਂ ਹੈ ਮੈਨੂੰ ਜਦੋਂ ਮੈਂ ਪਹਿਲਾਂ ਇਹ ਫੋਟੋ ਦੇਖੀ ਮੈਨੂੰ ਏਦਾਂ ਲੱਗਿਆ ਕਿ ਸ਼ਾਇਦ ਕੋਈ ਐਡਵਰਟਾਈਜ਼ਮੈਂਟ ਦੀ ਫੋਟੋ ਹੈਪੀ ਬੇਬੀ ਦਿਖਾ ਰਹੇ ਆ ਜਿਵੇਂ ਕੋਈ ਡਾਇਪਰ ਦੀ ਹੁੰਦੀ ਹੈ ਜਾਂ ਕੋਈ ਪਾਰਕ ਦਾ ਕੋਈ ਮੂਹਰਤ ਕਰਨ ਗਿਆ ਹੁੰਦਾ ਹੈਪੀ ਬੇਬੀ ਉਹਦਾ ਮੈਨੂੰ ਫੀਲ ਹੋਇਆ ਸੀਗਾ ਇਹਦੇ ਨਾਲ ਹੀ ਆਪਾਂ ਦੇਖਦੇ ਤੁਹਾਡੀ ਅਗਲੀ ਤਸਵੀਰ ਮੈਂ ਉੱਠਿਆ ਤੇ ਇਹ ਦੌੜ ਕੇ ਪਿੱਕ ਹੋਇਆ ਤੇ ਇਹ ਮੈਂ ਹੁਣ ਮੈਂ ਸਿੱਧਾ ਉੱਠਿਆ ਮੈਂ ਕਿਹਾ ਮੈਂ ਮੂੰਹ ਧੋਵਾਂ ਜਾ ਕੇ ਵੈਰੀ ਟਰੂ ਮਤਲਬ ਅਸੀਂ ਏਦਾਂ ਸੋਣ ਤੇ ਕੰਮ ਤੇ ਜਾਣਾ ਉਹ ਪੂਰਾ ਚੀਕਾ ਫਿਰ ਬਾਅਦ ਚੋਂ ਆਪ ਸੁੱਤਾ ਰਹਿੰਦਾ ਜਦੋਂ ਅਸੀਂ ਕਹਿੰਦੇ ਉਹ ਹੁਣ ਸੁੱਤਾ ਪਿਆ ਤੂੰ ਬਹਿਣ ਦਾ ਟਾਈਮ ਆਇਆ ਬਿਲਕੁਲ ਸਹੀ ਆਬਜ਼ਰਵੇਸ਼ਨ ਹੈ ਤੁਹਾਡੀ ਇੱਕ ਕਹਿ ਸਕਦੇ ਹਾਂ ਕਿ ਬੱਚਿਆਂ ਦੀ ਇਹੀ ਜਿਹੜੀਆਂ ਯਾਦਾਂ ਨੇ ਇਹ ਆਪਾਂ ਨੂੰ ਜਦੋਂ ਵੱਡੇ ਹੋ ਜਾਂਦੇ ਉਦੋਂ ਦੁਬਾਰਾ ਰਿਮਾਈਂਡ ਕਰਦੇ ਜਾਂ ਉਹਨਾਂ ਨੂੰ ਦੱਸਦੇ ਆ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਸਹੀ ਗੱਲ ਹੈ ਨਹੀਂ ਨਹੀਂ ਦਿਖਾਵਾਂਗੇ ਫੋਟੋ ਨਾ ਵੱਡੇ ਹੋ ਕੇ ਉਹਨੂੰ ਸਾਰੀ ਸੇਵਾ ਕਰਦੇ ਕਿਤੇ ਫੋਟੋ ਦੇਖ ਤੇਰੀ ਸਾਡੇ ਕੋਲ ਪ੍ਰੂਫ ਹੈਗੇ ਆ ਪ੍ਰੂਫ ਹੈਗੇ ਨੇ ਇੱਧਰ ਨੂੰ ਚੁੱਕ ਕੇ ਸਾਂਦੇ ਸੀ ਉਹਦੇ ਸਿਰ ਇੰਨੀ ਵੀ ਠੀਕ ਹੈ ਜੀ ਇਹਦੇ ਨਾਲ ਹੀ ਵੇਖਦੇ ਆ ਅਗਲੀ ਤਸਵੀਰ ਥੱਲੇ ਗ੍ਰੀਨ ਸੂਟ ਚ ਸਿਮਰਨ ਦੇ ਵਿਚ ਸਿਮਰਨ ਥੱਲੇ ਮੇਰੇ ਦਾਦੀ ਨੇ ਰਾਈਟ ਸਾਈਡ ਤੇ ਬਲੈਕ ਸੂਟ ਮੇਰੇ ਪਾਪਾ ਤੇ ਬਲੈਕ ਕੈਪ ਤੇ ਬਲੈਕ ਟੀ-ਸ਼ਰਟ ਮੇਰੇ ਪਾਪਾ ਦੇ ਉੱਪਰ ਅਸੀਂ ਸਾਰੇ ਇਕੱਠੇ ਗਏ ਸੀ ਡਿਨਰ ਕਰਨ ਜਲੰਧਰ ਤਿੰਨ ਦਿਨ ਬਾਅਦ ਜਿਹੜਾ ਯਾਦ ਆ ਕਿ ਉਦੋਂ ਆਏ ਸੀ ਚੰਗਾ ਸੀ ਡਿਨਰ ਕੀਤਾ ਦੋ ਹਫ਼ਤੇ ਬਾਅਦ ਲਾਕਡਾਊਨ ਲੱਗ ਗਿਆ ਕੋਈ ਬਾਹਰ ਨਹੀਂ ਜਾਏਗਾ ਕੋਈ ਬਾਹਰ ਨਹੀਂ ਜਾਏਗਾ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦਿਖਾਉਣਾ ਤੁਹਾਡੀ ਅਗਲੀ ਤਸਵੀਰ ਹਾਂਜੀ ਸਾਰੇ ਜਿਹੜੇ ਉਸ ਇਕੱਠੇ ਹੋਏ ਸੀ ਸਾਡੇ ਘਰ ਕਾਰਨ ਆਏ ਸੀ ਜਦੋਂ ਪੈਦਾ ਹੋਇਆ ਸੀ ਸਾਰੇ ਡਿੱਗੇ ਚ ਸਾਡੇ ਆਸ ਪਾਸ ਤਾਂ ਮੈਨੂੰ ਪਤਾ ਨਹੀਂ ਸੀਗਾ ਕਿ ਉਹ ਪ੍ਰੋਫੈਸ਼ਨਲ ਆਰਟਿਸਟ ਆ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸ਼ੋਅ ਦੇ ਦੌਰਾਨ ਤਾਂ ਮੈਨੂੰ ਐਂ ਲੱਗਿਆ ਕਿ ਬਹੁਤ ਹੀ ਵਧੀਆ ਮੈਂ ਤਾਂ ਆਪਦੇ ਜਾਣੇ ਦੱਸਾਂ ਕਿ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਐਂ ਲੱਗਿਆ ਜਿਵੇਂ ਪ੍ਰੋਫੈਸ਼ਨਲ ਉਹ ਕਹਿੰਦੇ ਨਹੀਂ ਮੈਂ ਖੁਦ ਗਾਇਆ ਮੇਰਾ ਮੂਵੀ 'ਚ ਆਇਆ ਹੋਇਆ ਸੌਂਗ ਚਲੋ ਇਹਦੇ ਨਾਲ ਹੀ ਆਪਣਾ ਇਹ ਸੈਗਮੈਂਟ ਇੱਥੇ ਹੀ ਖਤਮ ਹੁੰਦਾ ਅਤੇ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹਾਂ ਅਤੇ ਮੈਂ ਜਿਵੇਂ ਤੁਸੀਂ ਹੁਣ ਦਿਖਾਇਆ ਕਿ ਆਸਟ੍ਰੇਲੀਆ ਦੀ ਇਹ ਜਿਹੜੀਆਂ ਤਿੰਨ ਫੈਮਿਲੀਜ਼ ਨੇ ਇਹਨੇ ਬਾਕੀ ਸਾਰੀ ਦੁਨੀਆ ਦੀ ਫੈਮਿਲੀ ਦੀ ਐਸੀ ਦੀ ਤੈਸੀ ਇਹੋ ਜਿਹੀ ਫੇਰੀ ਵੀ ਆ ਕਿ ਸਿਗਨੇਚਰ ਇੱਕ ਤਾਂ ਇਹਨਾਂ ਦਾ ਪਿਆਰ ਆ ਦੂਜਾ ਇਹਨਾਂ ਦਾ ਹਸੀ ਮਜ਼ਾਕ ਆ ਅਤੇ ਤੀਜੀ ਇਹਨਾਂ ਦੀ ਜਿਹੜੀ ਕਮਿਸਟਰੀ ਅਤੇ ਟਾਈਮਿੰਗ ਆ ਉਹਦਾ ਬਾ ਕਮਾਲ ਆ ਮੈਂ ਤਾਂ ਕਹਿੰਦਾ ਕਿ ਦੁਨੀਆਂ 'ਚ ਨਾ ਤੁਸੀਂ ਜਿਹੜਾ ਸੋਸ਼ਲ ਮੀਡੀਆ ਖੋਲ੍ਹਦੇ ਹੋ ਜਾਂ ਤੁਸੀਂ ਟੀਵੀ ਚਲਾਉਂਦੇ ਹੋ ਜਾਂ ਖਬਰਾਂ ਵੀ ਲਾਉਂਦੇ ਹੋ ਅੱਜ ਕੱਲ੍ਹ ਅਤੇ ਇੰਨੀ ਜ਼ਿਆਦਾ ਹੇਟ ਹੈ ਲੋਕਾਂ 'ਚ ਲੋਕਾਂ 'ਚ ਇੰਨਾ ਕੁਛ ਲੜਾਈਆਂ ਝਗੜੇ ਚੱਲ ਰਹੇ ਨੇ ਉਹਦੇ ਦੌਰਾਨ ਅਸੀਂ ਜੇ ਇਹੀ ਕੰਮ ਦਿਖਾਈ ਜਾਈਏ ਉਹ ਵੀ ਮਾੜਾ ਬਸ ਕੀ ਕਰਦੇ ਹਾਂ ਅਸੀਂ ਇੱਕ ਵੀਡੀਓ ਦਾ ਕਨਸੈਪਟ ਇੱਦਾਂ ਰੱਖਦੇ ਹਾਂ ਕਿ ਜਿਹਦੇ ਵਿੱਚ ਤੁਹਾਡਾ ਘਰੇਲੂ ਗੱਲ ਹੋਵੇ
ਉਹ ਮੁੱਦਾ ਐਡ ਦੇ ਇੰਨਾ ਵਧੀਆ ਤਰੀਕੇ ਨਾਲ ਸੋਲਵ ਹੋ ਜਾਏ ਕਿ ਸਾਡਾ ਆਪਸ ਪਿਆਰ ਬਣਿਆ ਰਹੇ। ਸੋ ਸਾਡੀ ਡਿਊਟੀ ਰੱਬ ਨੇ ਲਾਈ ਕਿ ਜਿਹੜੇ ਕਲੇਸ਼ ਘਰਾਂ 'ਚ ਚੱਲ ਰਹੇ ਨੇ ਖਤਮ ਕਰੋ, ਪਿਆਰ ਬਣਾ ਕੇ ਰੱਖੋ। ਸੋ ਮੈਂ ਤਾਂ ਮੰਨਦਾ ਕਿ ਇਹ ਸਾਰੇ ਬਹੁਤ ਮੇਰਾ ਇੱਕ ਸਵਾਲ ਸੀਗਾ ਕਿ ਤੁਸੀਂ ਆਪਦਾ ਨਾਮ ਕਿੰਗ ਰੱਖਿਆ ਸੀ ਅਤੇ ਕਿੰਗ ਜਿਵੇਂ ਬਾਲੀਵੁੱਡ ਦੇ ਇੱਕ ਬਾਦਸ਼ਾਹ ਵੀ ਆ ਅਤੇ ਉਹਨਾਂ ਦੀ ਇੱਕ ਮੂਵੀ ਆਈ ਸੀ ਉਹਦੇ 'ਚ ਉਹਨਾਂ ਨੇ ਸਿਮਰਨ ਨੂੰ ਪਾਇਆ ਸੀ, ਇਸੇ ਕਰਕੇ ਕਿਤੇ ਤੁਸੀਂ ਭਾਬੀ ਵੀ ਸਿਮਰਨ ਇਸੇ ਲਈ ਲੱਭੀ ਸੀਗੀ ਕਿ ਕਿਤੇ ਥੋੜ੍ਹੇ ਫਿਲਮੀ ਹੋ ਜਾਈਏ ਅਤੇ ਸਿਮਰਨ ਭਾਬੀ ਦੀ ਖੋਜ ਹੀ ਤਾਂ ਹੋ ਗਈ ਸੀ। ਨਹੀਂ ਤੁਹਾਨੂੰ ਮੈਂ ਸਾਰੀ ਸਟੋਰੀ ਹੈ ਇੱਕ, ਇਹਨਾਂ ਦਾ ਨਾ ਜਿਹੜਾ ਨਿਕਨੇਮ ਹੈ ਕੁਛ ਹੋਰ ਹੈ, ਉਹਨਾਂ ਦਾ ਮੈਂ ਕਿਹਾ ਮੇਗਾ, ਠੀਕ ਹੈ ਜੀ। ਅਤੇ ਜਦ ਪਤਾ ਲੱਗਾ ਕਹਿੰਦੇ ਕਿ ਇਹਨਾਂ ਦਾ ਨਾਮ ਮੇਗਾ ਨਾ ਹੈਗਾ, ਮੇਗਾ ਸਿਮਰਨ ਤੇ ਸਾਡਾ 25 ਸਾਲ ਹੋ ਗਏ ਡੀਡੀ ਐਲਜੇ ਨੂੰ, ਸਿਮਰਨ ਤੇ ਕਿੰਨੀ ਮਸ਼ਹੂਰ ਕਰੈਕਟਰ ਹੈਗਾ ਦੇਖੋ। ਮੈਂ ਕਿਹਾ ਨਹੀਂ ਸਿਮਰਨ, ਤੁਸੀਂ ਬਦਲੋ ਆਪਣੀ ਫੇਸਬੁੱਕ ਆਈਡੀਆਂ ਉਡੀਆਂ, ਸਿਮਰਨ ਨਾਮ ਬੈਸਟ ਹੈ। ਫੇਰ ਗੁੱਡਾ ਜਾ ਲੱਗਾ ਸੀ ਉੱਥੇ, ਉਹ ਰੀਬਨ ਬਣਿਆ ਹੋਇਆ ਸੀ ਤੇ ਮੈਂ ਕਿਹਾ ਦੇ, ਮੈਂ ਲੈ ਕੇ ਚਲਾ ਗਿਆ ਤੇ ਮੈਂ ਕਿਹਾ ਮੈਂ ਛੋਟਾ ਤਾਂ ਲੈ ਕੇ ਆਇਆ ਕਿ ਹਰ ਟਾਈਮ ਤੇਰੇ ਪਰਸ ਸਿਰਵੇ ਤੇਰੇ ਕੋਲ ਰਹੇ, ਮੈਂ ਕਿਹਾ ਵੱਡਾ ਦੇ ਦਾ ਘਰ ਪਿਆ ਰਹੇ ਕਵਰ ਕਰ ਲਿਆ ਆਪਣੇ ਆਪ ਨੂੰ ਯਾਰ। ਮੈਂ ਹੁਣ ਕੀ ਬੋਲਾਂ ਕਿ ਮਤਲਬ ਡੇ 1 ਤੋਂ ਹੀ ਭਾਜੀ ਥੋੜੇ ਜਿਹਾ ਫਿਲਮੀ ਸੀ। ਹਾਂਜੀ ਮਜ਼ਾ ਆਉਂਦਾ ਨਾ, ਲਾਈਫ ਇੰਟਰਟੇਨਿੰਗ ਹੋਣੀ ਚਾਹੀਦੀ ਹੈ, ਉਹ ਕੀ ਫਾਇਦਾ ਬੋਰਿੰਗ ਉਹ ਨਹੀਂ। ਲੇਕਿਨ ਇਹਨਾਂ ਦੀ ਇੱਕ ਫੋਟੋ ਹੈ ਜਿਹੜੇ ਕਾਲੇ ਚਾਦਰ ਤੇ, ਜਦੋਂ ਮੈਂ ਆਪਣੇ ਕਾਲਜ ਸੀਗੀ ਤੇ ਦਿਖਾਇਆ ਕਿ ਮੇਰਾ ਫਿਆਂਸੇ ਪੂਰਾ ਫਿਲਮੀ ਸੀਨ ਲੱਗਿਆ। ਜਦ ਤੁਸੀਂ ਭਾਬੀ ਨੂੰ ਪਹਿਲੀ ਵਾਰੀ ਦੇਖਿਆ ਤੁਸੀਂ ਕਿੱਦਾਂ ਦਾ ਫੀਲ ਕੀਤਾ ਸੀ? ਨਹੀਂ ਪਹਿਲੀ ਵਾਰੀ ਇਹਨਾਂ ਨੂੰ ਮਿਲਣ ਤੋਂ ਪਹਿਲੇ ਜਿਹੜਾ ਸਾਡੇ ਘਰ ਇੱਕ ਹੋਰ ਮਾਹੌਲ ਸੀ ਇਹਨਾਂ ਦੀ ਫੋਟੋ ਦਾ, ਸੋ ਮੈਂ ਕੰਮ ਤੋਂ ਆਇਆ ਸੀ ਤੇ ਮੇਰੇ ਮੰਮੀ ਕਹਿੰਦੇ ਕਿ ਫੋਟੋ ਦੇ, ਫੋਟੋ ਇਹ ਕੁੜੀ ਹੈਗੀ ਇਹਦੇ ਨਾਲ ਹੀ ਵਿਆਹ ਹੋਣਾ, ਤੇ ਮੈਂ ਕਿਹਾ ਇੱਦਾਂ ਕਿਤੇ ਵਿਆਹ ਕਰ ਦੋ, ਇੱਕਦਮ ਤੂੰ ਬੰਦਾ ਗੱਲ ਕਰਦਾ ਪਹਿਲੇ ਤੇ ਨਹੀਂ 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 ਕੁੜੀ ਬਹੁਤ ਵਧੀਆ ਮੈਨੂੰ ਪਤਾ ਕਿਉਂਕਿ ਮੰਮੀ ਜਾਣਦੇ ਨੇ ਪਹਿਲੇ ਤੋਂ, ਕਿਉਂਕਿ ਸਾਡੇ ਰਿਸ਼ਤੇਦਾਰੀ ਦੂਰ ਦੀ ਬੜੀ ਹੈਗੀ, ਮੰਮੀ ਦੇ ਚਾਚੇ ਦੀ ਬੇਟੀ ਤੇ ਇਹਦੇ ਚਾਚੀ ਜੀ ਕੋਈ ਫੋਟੋ ਦੇਖੀ
ਕੁੜੀ ਤੇ ਸੋਹਣੀ ਹੈ, ਸੋਹਣੀ ਹੈ ਪਰ ਰਿਤੀ ਚੋਪੜਾ ਲੱਗ ਰਹੀ ਹੈ, ਤੈਨੂੰ ਕੀ ਚਾਹੀਦਾ ਹੋਰ ਕੀ ਪ੍ਰੋਬਲਮ ਹੈ, ਕਿਤੇ ਤਰ੍ਹਾਂ ਦੇ ਕਰਨਾ, ਕਿਉਂਕਿ ਘਰ ਦੇ ਮੇਰੇ ਮਗਰ ਪਏ ਸੀ ਕਿ ਇਹ ਵਿਆਹ ਕਰਾਏ ਉਹਨਾਂ ਕਿਉਂ ਨੀ ਕਰਾ ਰਿਹਾ, ਕਿਉਂਕਿ ਮੈਂ ਪਹਿਲੇ ਮੈਂ ਡਿਲੇ ਕਰਤਾ ਸੀ, ਮੈਂ ਕਿਹਾ ਮੇਰੀ ਮੂਵੀ ਆ ਰਹੀ ਹੈ, ਫਿਰ ਮੈਂ ਡਿਲੇ ਕਰਤਾ, ਮੈਂ ਇਹ ਕਰਨਾ, ਮੈਂ ਵਿਦਾ ਕਰਨਾ, ਉਸ ਤੋਂ ਬਾਅਦ ਫਿਰ ਇੱਕ ਪੁਆਇੰਟ ਆਇਆ, ਕਹਿੰਦਾ ਕਹਿੰਦਾ ਚਲੋ ਮੈਂ ਗੱਲ ਕਰ ਲੈਂਦਾ। ਫਿਰ ਮੈਂ ਇਹਨਾਂ ਨਾਲ ਜਦੋਂ ਫੋਨ ਤੇ ਗੱਲ ਕੀਤੀ ਜਾਂ ਫਿਰ ਵੀਡੀਓ ਕਾਲ ਕੀਤੀ ਜਾਂ ਫਿਰ ਜੋ ਸਿਲਸਿਲਾ ਸ਼ੁਰੂ ਹੋਇਆ, ਦੈਨ ਕੀ ਹੁੰਦਾ ਹੈ ਜਿਹੜੀ ਇੰਟਰਨਲ ਬਿਊਟੀ ਹੁੰਦੀ ਨਾ, ਜਿਹੜੀ ਜਿਹੜੀ ਸਾਡੀ ਗੱਲਬਾਤ ਸੋਚ ਹੁੰਦੀ ਜਿਹੜੀ, ਬਹੁਤ ਜ਼ਰੂਰੀ ਹੈ ਕਨੈਕਟਿਵੇਟ ਹੋਣਾ, ਅਤੇ ਉਹ ਮੈਨੂੰ ਬੜੀ ਅੱਛੀ ਲੱਗੀ, ਮੈਂ ਬਹੁਤ ਕਨੈਕਟਿਡ ਹੋ ਗਿਆ ਉਹਦੇ ਨਾਲ। ਫਿਰ ਓਬਵੀਅਸਲੀ ਜਦੋਂ ਪਹਿਲੀ ਵਾਰੀ ਮਿਲੇ ਅਤੇ ਆਲਰੇਡੀ ਮੈਂ ਇਹਨਾਂ ਨੂੰ ਪਿਆਰ 'ਚ ਤਾਂ ਪੈ ਹੀ ਗਿਆ ਸੀ ਗੱਲਾਂ ਤੋਂ ਹੀ, ਫਿਰ ਜਦੋਂ ਮਿਲੇ ਅਤੇ ਉਹ ਫਿਰ ਬਸ ਉਹ ਪੱਤੇ ਉੱਡ ਰਹੇ ਸੀ ਅਤੇ ਹਵਾ ਚੱਲ ਰਹੀ ਸੀ, ਕਿਤੇ ਇਹ ਪਿਆਰ ਹੀ ਤਾਂ ਨਹੀਂ ਜਿਹੜਾ ਤੁਹਾਨੂੰ ਇੰਨਾ ਮੋਹ ਹੀ ਰੱਖਦਾ ਵਾ ਵੀਡੀਓਸ 'ਚ, ਕਿਤੇ ਆਟਾ ਬਣਾਉਣਾ ਪੈ ਜੇ, ਆਟਾ ਗੁੰਨਣਾ ਪੈ ਜੇ, ਰੋਟੀਆਂ ਬਣਾਉਣੀਆਂ ਪੈ ਜਾਣ। ਨਹੀਂ ਉਹ ਫਿਰ ਪਿਆਰ ਕੀ ਹੋ ਗਿਆ, ਹੁਣ ਕੀ ਹੋ ਗਿਆ, ਜ਼ਿੰਮੇਵਾਰੀ ਵੀ ਪੈ ਗਈ ਹੈ ਨਾ, ਹੁਣ ਲੋਕਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਹੈ, ਹੁਣ ਇੱਕ ਅਗਰ ਮੇਰਾ ਦਿਲ ਨਹੀਂ ਵੀ ਕਰਨਾ ਕੁਛ ਕਰਨ ਦੇ, ਤਾਂ ਵੀ ਮੈਨੂੰ ਕਰਨਾ ਪੈਂਦਾ, ਕਿਉਂਕਿ ਯਾਰ ਫਿਰ ਲੋਕਾਂ ਨੇ ਕਹਿਣਾ ਸਾਨੂੰ ਬੜਾ ਮੈਸੇਜ ਦਿੰਦਾ, ਮੈਂ ਆਪ ਤੂੰ ਕਰਦਾ ਨਹੀਂ, ਹੁਣ ਮੇਰੇ ਤੇ ਪ੍ਰੈਸ਼ਰ ਵੀ ਪੈ ਗਿਆ ਕੁਛ, ਜਿੰਨਾ ਮੈਂ ਕਰਨਾ ਚਾਹੁੰਦਾ ਵਾ ਕਰਨਾ ਪੈ ਰਿਹਾ ਜੀ। ਮੈਂ ਵੀ ਇਹੀ ਦੇਖ ਰਿਹਾ ਸੀਗਾ ਕਿ ਪ੍ਰੈਸ਼ਰ ਜ਼ਿਆਦਾ ਬਣਦਾ ਜਾਂਦਾ ਪਿਆ। ਮੈਂ ਸ਼ੁਰੂ ਇਦਾਂ ਕੀਤਾ ਸੀ ਪਰ ਹੁਣ ਪ੍ਰੈਸ਼ਰ ਤੇ ਮੈਂ ਕਾਫੀ, ਮੇਰੀ ਸਿਚੁਏਸ਼ਨ ਮੈਂ ਹੀ ਸਮਝ ਸਕਦਾ ਹੁਣ ਬਸ। ਹੁਣ ਤੁਸੀਂ ਇੱਕ ਹਸਬੈਂਡ ਦਾ ਬਣ ਗਏ ਸੀਗੇ ਤੇ ਹੁਣ ਪਾਪਾ ਦੀ ਜਦੋਂ ਤੁਹਾਡੇ ਤੇ ਜ਼ਿੰਮੇਵਾਰੀ ਵੀ ਆਈ, ਤਾਂ ਉਦੋਂ ਦਾ ਕੀ ਡਿਫਰੈਂਸ ਆਇਆ ਕਿ ਹਸਬੈਂਡ ਦੇ ਪਾਪਾ ਦਾ ਹੀ, ਦੋਵਾਂ ਦੇ ਵਿੱਚ ਟਾਈਟਲ 'ਚ ਕੀ ਫਰਕ ਲੱਗਿਆ ਤੁਹਾਨੂੰ ਜ਼ਿੰਮੇਵਾਰੀਆਂ ਦਾ? ਬਿਊਟੀਫੁਲ ਫੀਲਿੰਗ ਭਾਜੀ, ਮੈਂ ਸੱਚੀ ਕਹਿੰਦਾ, ਮੈਂ ਨਾ ਸੱਚੀ ਮੈਨੂੰ ਲੱਗਦਾ ਸੀ ਕਿ ਕਈ ਵਾਰੀ ਸਾਡੇ ਕੋਲ ਮੇਰੇ ਦੋਸਤ ਯਾਰ ਵੀ ਕਹੀ ਜਾਂਦੇ ਸੀ ਗੱਲ ਆਪਣੇ ਬੱਚਿਆਂ ਦੀ ਕਿ ਇੱਦਾਂ ਇੱਦਾਂ, ਲੱਗਦਾ ਸੀ ਠੀਕ ਹੈ ਨੋਰਮਲ, ਬਟ ਦ ਮੂਮੈਂਟ ਮੈਂ ਫਾਦਰ ਬਣਿਆ, ਜਦੋਂ ਮੈਂ ਪਹਿਲੀ ਵਾਰੀ ਬੜਾ ਰੋਇਆ, ਮਤਲਬ ਲਿਟਰਲੀ ਮੇਰੀ ਅੱਖਾਂ ਪਾਪਾ ਦਾ ਫੋਨ ਆਇਆ ਇੰਡੀਆ ਤੋਂ ਕਿ ਬਹੁਤ ਵਧੀਆ ਕੰਮ ਹੋ ਗਿਆ ਅੱਜ, ਮੈਂ ਰੋਈ ਜਾ ਰਿਹਾ ਅਤੇ ਮੇਰੇ ਪਾਪਾ ਉਧਰੋਂ ਰੱਬੇ, ਸੋ ਬਹੁਤ ਵਧੀਆ ਕੰਮ ਹੋ ਗਿਆ ਨਾ ਕਿ ਮੈਨੂੰ ਫਾਦਰ ਨਾ ਹੋ। ਹੋਰ ਕੀ ਹੁੰਦਾ ਅੱਜ ਕੱਲ੍ਹ ਇੰਨਾ ਜਦੋਂ ਕੰਮ ਤੋਂ ਆਉਂਦਾ ਤਾਂ ਬਹੁਤ ਜ਼ਿਆਦਾ ਸਟ੍ਰੈਸ ਹੁੰਦਾ, ਕਈ ਵਾਰੀ ਕੰਮ ਦਾ ਸਟ੍ਰੈਸ ਹੁੰਦਾ, ਕਈ ਵਾਰੀ ਹੋਰ ਜਾਂਦੀ ਹੈ ਚੱਲ ਜਾਂਦਾ ਦਿਮਾਗ 'ਚ, ਕਈ ਵਾਰੀ ਤੁਹਾਨੂੰ ਨਾ ਬਹੁਤ ਤੁਹਾਡੀ ਲਾਈਫ 'ਚ ਤੁਸੀਂ ਨਹੀਂ ਵੀ ਚਾਹੁੰਦੇ ਉਹ ਵੀ ਚੱਲ ਰਿਹਾ ਹੁੰਦਾ, ਉਦੋਂ ਫਿਰ ਆਉਂਦਾ ਸਮਾਈਲ ਕਰਦਾ ਚੁੱਕਦੇ ਆ ਅੰਦਰੋਂ, ਤੇ ਜਸਟ ਮੈਸਮਰਾਈਜ਼ਿੰਗ ਭਾਜੀ, ਮਤਲਬ ਲਾਈਫ ਇਜ਼ ਟੂ ਗੁੱਡ, ਮਤਲਬ ਉਹ ਇੱਕ ਨਾ ਇੱਕ ਸਮਾਈਲ ਹੀ ਬੜੀ ਹੈ ਸਭ ਕੁਛ ਕਿਲ ਕਰਨ, ਸੋ ਬੈਸਟ ਫੀਲਿੰਗ ਭਾਜੀ, ਡੀਪ ਇਨ ਲਵ ਵਿਦ ਮਾਈ ਵਾਈਫ। ਪਿਆਰ ਜਿਹੜਾ ਇਹ ਦਿਨੋਂ ਜਿਹੜਾ ਆਪਾਂ ਕਹਿੰਦੇ ਦਿਲੋਂ ਵੀ ਕਹਿ ਲਈਏ ਤਾਂ ਦਿਨੋਂ ਦਿਨ ਵੱਧਦਾ ਹੀ ਜਾਂਦਾ ਹੁੰਦਾ, ਫੈਮਿਲੀ ਦੇ ਵਿੱਚ ਜੇ ਏਕਾ ਬਣਿਆ ਰਹੇ ਉਵੇਂ ਹੀ ਪਿਆਰ ਬਣਿਆ ਰਹੇ। ਅਤੇ ਅਗਲਾ ਸਵਾਲ ਮੈਡਮ ਨੂੰ ਪੁੱਛੂੰਗਾ ਕਿ ਜਦ ਮੈਡਮ ਨੇ ਪਹਿਲੀ ਵਾਰੀ ਸੋਸ਼ਲ ਮੀਡੀਆ 'ਤੇ ਆਪਦਾ ਅਕਾਊਂਟ ਬਣਾ ਕੇ ਵੀਡੀਓ ਅਪਲੋਡ ਕੀਤਾ ਸੀ ਤਾਂ ਕਿੱਦਾਂ ਦਾ ਮੈਡਮ ਨੂੰ ਫੀਲ ਹੋ ਰਿਹਾ ਸੀਗਾ, ਕਿ ਤੁਸੀਂ ਤਾਂ ਆਲਰੇਡੀ ਪਾ ਰਹੇ ਸੀ ਪਹਿਲਾਂ ਵੀਡੀਓਸ 'ਤੇ, ਮੈਡਮ ਨੂੰ ਕਿੱਦਾਂ ਫੀਲ ਹੋਇਆ? ਲਾਈਕ ਮੈਂ ਮੈਰਿਜ ਤੋਂ ਪਹਿਲਾਂ ਤੇ ਨਹੀਂ ਪਾਉਂਦੀ ਸੀ ਤੇ ਮੈਨੂੰ ਡਰ ਸੀ ਹੈ ਤੇ ਕਿ ਮੈਂ ਹੁਣ ਪਾਵਾਂ ਕਿ ਨਾ ਪਾਵਾਂ, ਕਿਉਂਕਿ ਆਲਰੇਡੀ ਅਪਲੋਡ ਕਰਦੇ ਸੀਗੇ ਤੇ ਅਗਰ ਮੈਂ ਅਲੱਗ ਤੋਂ ਚੈਨਲ ਬਣਾ ਲਾਂਗੀ ਕਿ ਸਾਡੀ ਪਰਸਨਲ ਲਾਈਫ ਨਾਲ ਥੋੜ੍ਹਾ ਜਿਹਾ ਹੁੰਦਾ ਨਾ ਕਿ ਅਗਰ ਵਾਈਫ ਵੀ ਥੋੜ੍ਹਾ ਜਿਹਾ ਅੱਗੇ ਜਾਣ ਲੱਗੇ ਤੇ ਕੁਛ ਪਾ ਦੇ ਅਪਲੋਡ ਸੇਮ ਵੀਡੀਓਜ਼ ਹੋ ਵੀ ਹੋਣ ਤੇ ਅੱਛਾ ਨਹੀਂ ਲੱਗਦਾ ਕਿ ਮੇਰੇ ਹਸਬੈਂਡ ਤੋਂ, ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੈਂ ਪਾਉਣਾ ਹੈ ਕਿਉਂਕਿ ਮੈਨੂੰ ਪਾ ਲਾ ਹਾਲੀ ਸੇਮ, ਹਾਂ ਹਾਂ ਪਾਓ ਕਿਉਂ ਨਹੀਂ ਪਾਉਣੀ, ਤੇ ਆਈ ਵਾਜ਼ ਲਾਈਕ ਅੱਛਾ ਠੀਕ ਹੈ। ਮੈਂ ਫਿਰ ਪਾਇਆ, ਮੈਂ ਬੜੀ ਖੁਸ਼ ਹੋਈ ਸੀਗੀ ਕਿ ਮੈਂ ਰੀਲਸ ਬਣਵਾਉਂਦੀ ਹਾਂ, ਕਿ ਮੈਨੂੰ ਬੜਾ ਮਜ਼ਾ ਆਉਂਦਾ ਕਿ ਮੈਂ ਆਪਾਂ ਦੋਨੋਂ ਸਾਨੂੰ ਕਪਲਸ ਨੂੰ ਕਪਲ ਪੂਰੀ ਲੋਕੀ ਦੇਖਦੇ ਨੇ ਤੇ ਮੈਨੂੰ ਬੜਾ ਮਜ਼ਾ ਆਉਂਦਾ ਰੀਲਸ ਬਣਾਉਣ ਦਾ, ਟਿਕਟੋਕ ਤੇ ਪਾਉਣ ਦਾ, ਆਪਾਂ ਤਾਂ ਘਰ ਚ ਇੱਦਾਂ ਕਰਦੇ ਹਾਂ ਕਿ ਤੁਸੀਂ ਫੇਸਬੁੱਕ ਪਾਉਂਦੇ ਹੋ, ਮੈਂ ਤਾਂ ਕੰਪੀਟੀਟਰ ਬਣੀ ਹੋਈ ਹਾਂ ਟਿਕਟੋਕ ਵਾਲੀ, ਐਂਟੀ ਪਾਰਟੀ ਦਾ। ਕਈ ਵਾਰੀ ਇਹ ਕੀ ਹੁੰਦਾ ਕਿ ਜਿੱਦਾਂ ਹੁਣ ਸਟਾਰਟਿੰਗ ਕੀ ਹੁੰਦਾ ਸੀ, ਕਈ ਲੋਕਾਂ ਦੇ ਨੈਗੇਟਿਵ ਕਮੈਂਟ ਵੀ ਆਉਂਦੇ ਨੇ ਟਿਕਟੋਕ ਤੇ, ਸਪੈਸ਼ਲੀ ਸੀ ਗੋਟ ਲਾਈਕ ਕੀ ਨੈਗੇਟਿਵ ਕਮੈਂਟ ਆਇਆ ਤੇ ਕੀ ਕਰਨਾ ਹੈ ਇਹਦੇ ਕੋਲ ਇਹਦਾ ਕਰਕੇ, ਮਤਲਬ ਟੈਨਸ਼ਨ ਦੇ ਕੇਸ ਨਜ਼ਰ ਆਉਣ ਲੱਗ ਪੈਂਦੀ ਸੀ, ਤੇ ਉਦੋਂ ਮੈਂ ਫਿਰ ਕਿਹਾ ਮੈਂ ਕਿਹਾ ਦੇਖ ਮੈਂ ਚੀਜ਼ਾਂ ਦਾ ਬਹੁਤ ਜ਼ਿਆਦਾ ਡੀਲ ਕਰ ਰਿਹਾ, ਦ ਓਨਲੀ ਥਿੰਗ ਇਜ਼ ਯੂ ਹੈਵ ਟੂ ਇਗਨੋਰ, ਨੈਗੇਟਿਵ ਕਮੈਂਟ ਦਾ ਵੀ ਤਰੀਕਾ ਹੁੰਦਾ, ਇੱਕ ਹੁੰਦਾ ਭਾਜੀ ਕ੍ਰਿਟੀਸਿਜ਼ਮ, ਉਹ ਅੱਛੀ ਗੱਲ ਹੈ, ਤੁਸੀਂ ਮੈਨੂੰ ਕਹਿ ਰਹੇ ਹੋ ਕਿ ਭਾਜੀ ਤੁਹਾਡੀ ਵੀਡੀਓ ਅੱਛੀ ਹੈ ਪਰ ਤੁਸੀਂ ਇਹ ਚੀਜ਼ ਇੱਦਾਂ ਦਿਖਾ ਸਕਦੇ ਸੀ, ਤੁਸੀਂ ਮੈਨੂੰ ਲੱਗਦਾ ਭਾਜੀ ਮੈਨੂੰ ਅੱਛੀ ਨਹੀਂ ਲੱਗੀ ਕਿਉਂਕਿ ਇਹ ਕਨਸੈਪਟ ਕਲੀਅਰ ਨਹੀਂ ਕੀਤਾ ਤੁਸੀਂ, ਉਹ ਮੈਂ ਸਮਝਦਾ ਕਰੈਕਸ਼ਨ, ਹਾਂ ਉਹ ਹੁੰਦੇ ਕ੍ਰਿਟੀਸਿਜ਼ਮ ਕਿ ਤੁਸੀਂ ਇੱਕ ਕੰਸਟਰਕਟਿਵ ਮੈਨੂੰ ਫੀਡਬੈਕ ਦੇ ਰਹੇ ਹੋ, ਇੱਕ ਤਾਂ ਤੁਸੀਂ ਜਦੋਂ ਗਾਲੀ ਗਲੋਚ ਤੁਸੀਂ ਅਸਭਿਅਕ ਭਾਸ਼ਾ ਦਾ ਯੂਜ਼ ਕਰਦੇ ਹੋ, ਗੱਲਾਂ ਤੁਸੀਂ ਕਰਦੇ ਹੋ ਬੜੇ ਸਿਆਣੇ ਵਾਲੀਆਂ, ਉਹ ਮਾੜੀ ਗੱਲ, ਤੇ ਤੁਸੀਂ ਫਿਰ ਮੈਂ ਜਦੋਂ ਬੜਾ ਹੀ ਇਗਨੋਰ ਕਰਨਾ ਪੈਣਾ, ਬੈਨ ਕਰੋ ਇਗਨੋਰ ਕਰੋ, ਅਦਰਵਾਈਜ਼ ਤੁਸੀਂ ਅਗਲੀ ਵੀਡੀਓ ਨਹੀਂ ਬਣਾ ਸਕਦੇ,
ਤੁਹਾਡੇ ਦਿਮਾਗ 'ਚ ਟੈਨਸ਼ਨ ਸਟ੍ਰੈਸ ਰਹੇਗਾ ਹੀ ਰਹੇਗਾ। ਬਹੁਤ ਹਰ ਇੱਕ ਆਰਟਿਸਟ ਲਈ ਬਹੁਤ ਜ਼ਰੂਰੀ ਹੈ ਕਿ ਬੜੇ ਸਾਰੇ ਬੰਦੇ ਰਿਐਕਟ ਕਰ ਦਿੰਦੇ ਨੇ, ਅੱਜ ਕੋਈ ਨੈਗੇਟਿਵ ਕਮੈਂਟ ਕਰਦਾ ਫਿਰ ਰਿਪਲਾਈ ਕਰਨਗੇ, ਫਿਰ ਉਹਨੂੰ ਕਰੇਗਾ, ਇਹ ਚੱਲਦਾ ਰਹੇਗਾ, ਤੁਸੀਂ ਅਗਲੀ ਵੀਡੀਓ ਵੱਲ ਧਿਆਨ ਦਿਓਗੇ, ਤੁਸੀਂ ਰਿਪਲਾਈਆਂ 'ਚ ਪੈ ਜਾਓਗੇ। ਸੋ ਬੜਾ ਜ਼ਰੂਰੀ ਹੈ ਨੈਗੇਟਿਵ ਬੰਦੇ ਨੂੰ। ਤੇ ਹੁਣ ਆਪਣਾ ਜਿਹੜਾ ਅਗਲਾ ਸੈਗਮੈਂਟ ਆ, ਇਹ ਸਕੂਲ ਤੋਂ ਬਾਅਦ ਜਾਂ ਤੁਹਾਡੇ ਯੂਨੀਵਰਸਿਟੀ ਕਾਲਜ ਤੋਂ ਬਾਅਦ ਦੁਬਾਰਾ ਤੋਂ ਮੈਂ ਟੈਸਟ ਲੈ ਰਿਹਾ, ਕੋਈ ਕੋਵਿਡ ਟੈਸਟ ਨਹੀਂ ਹੈਗਾ ਮੈਂ ਪਹਿਲਾਂ ਦੱਸਦਾ, ਤੇ ਨਾ ਹੀ ਕੋਈ ਤੁਹਾਡਾ ਇਮੀਗ੍ਰੇਸ਼ਨ ਦਾ ਟੈਸਟ ਹੈ, ਆਪਾਂ ਵੈਸੇ ਹੀ ਤੁਹਾਡਾ ਟੈਸਟ ਲੈਣੇ ਜਨਰਲ ਨੌਲੇਜ ਦਾ। ਹਾਂਜੀ, ਤੇ ਪਹਿਲਾ ਸਵਾਲ ਤੁਹਾਨੂੰ ਹੈ ਜੀ, ਸਿਮਰਨ ਜੀ ਦਾ ਬਰਥਡੇ ਕਦੋਂ ਹੁੰਦਾ? 7 November, ਜਨਮ ਦਿਨ, ਜਨਮ ਦਾ ਦਿਨ, ਤਰੀਕ ਨਹੀਂ, ਬੁੱਧਵਾਰ ਦੀ ਡੇਟ ਸੀ, ਦੋ ਦਿਨ ਲੇਟ ਚੱਲ ਰਹੀ ਸੀ, ਕਵਰ ਅਪ ਕਰ ਗਏ ਆਪਦੇ ਆਪ ਨੂੰ। ਤੁਸੀਂ ਕਲੇਸ਼ ਪਾਓਗੇ? ਨਹੀਂ 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 ਨਹੀਂ, ਮੈਂ ਤਾਂ ਪੂਰਾ ਪਵਾਉਂਗਾ ਹੀ, ਕਿਉਂਕਿ ਮੈਂ ਲੋਕਾਂ ਨੂੰ, ਲੋਕੀ ਸਾਨੂੰ ਮੈਸੇਜ ਕਰਦੇ ਦੇਖੋ ਉਧਰ ਵੀ ਦੇਖੋ ਪਿਆਰ, ਮੈਂ ਕਿਹਾ ਜੀ ਠੀਕ ਆ ਅਸੀਂ ਕੋਈ ਨਾ ਕਰਦੇ ਆ ਇਲਾਜ। ਨਹੀਂ ਨਹੀਂ, ਤੁਸੀਂ ਸਾਰੇ ਹਥਿਆਰ ਲੈ ਕੇ ਆਇਓ ਅੱਜ, ਹੈ ਤੁਹਾਡੇ ਕੋਲ ਸਮਾਨ ਸਾਰਾ। ਠੀਕ ਹੈ ਜੀ, ਤੇ ਜਦੋਂ ਤੁਹਾਡੀ ਮੈਰਿਜ ਹੋ ਗਈ ਆ ਤੇ ਤੁਸੀਂ ਦੋਵੇਂ ਜਾਣੇ ਇੱਕ ਦੂਜੇ ਨੂੰ ਮਿਲਣਾ ਸ਼ੁਰੂ ਕਰ ਲਿਆ ਸੀ, ਇਹਦੇ 'ਚ ਮੈਂ ਸਵਾਲ ਪੁੱਛੂੰਗਾ ਕਿ ਜਦੋਂ ਤੁਸੀਂ ਪਹਿਲੀ ਏਰੀ ਡੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਫੇਰਾ ਪਾਉਣ ਜਾਂਦੇ ਆ ਜਾਂ ਘਰ ਤੋਂ ਕਿਤੇ ਦੂਰ ਜਾਈਦਾ ਕਿ ਜਾਂ ਘੁੰਮਣ ਗਏ ਸੀ, ਮੈਡਮ ਨੇ ਕਿਹੜੀ ਡਰੈਸ, ਕਿਹੜੇ ਰੰਗ ਦੀ ਡਰੈਸ ਪਾਈ ਸੀ ਜਦੋਂ ਦੂਰ ਘੁੰਮਣ ਗਏ ਸੀ? ਹਾਂਜੀ, ਜਿਹਨੂੰ ਆਪਾਂ ਪੰਜਾਬੀ ਚ ਹਿੰਦੀ ਚ ਹਨੀਮੂਨ ਕਹਿ ਦਿੰਦੇ ਹਾਂ ਜਾਂ ਆਊਟਿੰਗ ਕੋਈ ਕਹਿ ਦੇਈ ਦੀ ਹੈ ਕਿ ਦੂਸਰੇ ਸ਼ਹਿਰ। ਬਲੂ ਕਲਰ ਦੀ ਜੀਨਸ ਪਾਈ ਸੀ ਤੇ ਟੌਪ ਪਾਇਆ ਸੀ ਵਾਲਾ ਕਰੀਮ ਜਿਹੇ ਕਲਰ ਦਾ, ਜੈਕਟ ਪਾਈ ਸੀ, ਉਦੋਂ ਆਪਾਂ ਬਾਲੀ ਚਲੇ। ਹੁਣ ਤੁਹਾਡੀ ਵਾਰੀ, ਜਦੋਂ ਵਾਪਸ ਆਏ ਸੀ ਸਰ ਨੇ ਕੀ ਪਾਇਆ ਸੀ? ਵਾਪਿਸ ਆਏ ਸੀ ਬਲੈਕ ਜੀਨਸ ਦੇ ਨਾਲ ਰੈਡ ਲਾਈਨਸ ਵਾਲੀ ਜੈਕਟ, ਬਲੈਕ ਕਲਰ ਦੀ ਰੈਡ ਲਾਈਨ, ਬਲੈਕ ਕਲਰ ਦੀ। ਨਹੀਂ ਮੈਂ ਪਤਾ ਕੀ ਪਾਇਆ ਸੀ, ਸਿਮਰਨ ਜੀ ਨੂੰ ਆਪਾਂ ਪੁਆਇੰਟ ਦੇ ਦਿੰਦੇ ਹਾਂ ਥੋੜੇ ਜਿਹੇ, ਕੋਈ ਨਾ 50-50 ਕਰ ਦਿੰਦੇ ਹਾਂ। ਪਹਿਲਾਂ ਸੀਗਾ ਚਲੋ ਪਹਿਲੀ ਏਰੀ ਚ ਨਹੀਂ ਹੁੰਦਾ ਨਾ, ਕਈ ਏਰੀ ਬੰਦਾ ਤਿਆਰ ਨਹੀਂ ਹੁੰਦਾ ਗਾ। ਤੇ ਸਿਮਰਨ ਨੂੰ ਤੁਹਾਡੀ ਕਿਹੜੀ ਚੀਜ਼ ਆ ਜਿਹੜੀ ਤੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ? I think I sleep too much, shayad. Sleep too much. Jidho kuch kao, pata ki karde na, sutte bina main thawangi na, jo jo, ye kehenge, main na kuch sochan nahi, sochan nahi, main ki soch rahe ho, fir aate maar ke kuch sochan nahi. Je Simran ji nu manauna hove gusse hoye nu, sab to sheti keda tarika va? Main I think, edda hi mana sakda, bas ki aa ke bas, smile and hug, bas, jaldi ban jaldi. ਹਰ ਚੀਜ਼ ਇਕਦਮ ਐਕੂਰੇਟ ਹੋਣੀ ਚਾਹੀਦੀ ਹੈ, ਓਬਵੀਅਸਲੀ ਨਹੀਂ ਹੋ ਸਕਦੀ, ਪੋਸੀਬਲ ਨਹੀਂ ਹੁੰਦਾ, ਫਿਰ ਵੀ ਜਿੰਨੇ ਕੁ ਕਰ ਸਕਦੇ ਹਾਂ ਆਪਾਂ ਕਿ ਮਾੜਾ ਮੋਟਾ ਕਲੀਨਿੰਗ ਰਵੇ ਹਰ ਟਾਈਮ ਨਾਲ ਕਰਦੇ ਰਹੋ। ਮੈਂ ਤੁਸੀਂ ਪਾਸ ਕਰ ਲਿਆ, ਇਹ ਤਾਂ ਥੋੜਾ ਸੀਗਾ ਮੈਰਿਟ ਲਾਈਫ ਦਾ। ਹੁਣ ਮੈਂ ਥੋੜਾ ਪੇਰੈਂਟਹੁੱਡ ਟੈਸਟ ਲੈਣਾ ਵਾ,
ਜਿਹਦੇ 'ਚ ਤੁਸੀਂ ਦੋਵਾਂ ਤੋਂ ਮੈਂ ਸਵਾਲ ਪੁੱਛੂੰਗਾ ਅਤੇ ਦੇ ਦਿਓ ਛੋਟੇ ਛੋਟੇ ਜਿਹੇ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਜਵਾਬ। ਅਤੇ ਪਹਿਲਾ ਭਾਅ ਜੀ ਤੁਹਾਨੂੰ ਆ ਕਿ ਬੱਚੇ ਨੂੰ ਦਿਨ 'ਚ ਕਿੰਨੀ ਵਾਰੀ ਸੀਰੀਅਲ ਦੇਣਾ ਪੈਂਦਾ? ਕਿਉਂਕਿ ਸਾਡਾ ਬੱਚਾ ਹੁਣ ਵੱਡਾ ਹੋ ਗਿਆ ਅਤੇ ਹੁਣ ਆਪਾਂ ਹਰ ਫੂਡ ਦੇਈਦਾ, ਜਦੋਂ ਸੀਰੀਅਲ ਦੇਈਦਾ ਸੀ ਉਦੋਂ ਚਾਰ। ਅਤੇ ਮੈਡਮ ਤੁਸੀਂ ਦੱਸੋ ਕਿ ਜੇ ਬੱਚਾ ਰੋ ਰਿਹਾ ਵਾ ਉਹਨੂੰ ਚੁੱਪ ਕਰਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਵਾ? ਉੱਥੇ ਮੈਂ ਉਹਨੂੰ ਚੁੱਕਾ ਤੇ ਨਾਲ ਹੀ ਚੁੱਪ ਹੋ ਜਾਂਦਾ ਮਾਂ ਕੋਲੋਂ, ਤੇ ਤੁਹਾਨੂੰ ਪਤਾ ਉਹਨੂੰ ਮੈਂ ਨਾਲ ਹੀ ਗਲੇ ਨਾਲ ਲਗਾਉਂਦੀ ਹਾਂ ਤੇ ਨਾਲ ਹੀ ਉਹ ਸ਼ਾਂਤ ਹੋ ਜਾਂਦਾ ਹੈ। ਇਹਨਾਂ ਕੋਲ ਜਾ ਕੇ ਤੇ ਹੋਰ ਜ਼ਿਆਦਾ ਰੋਏਗਾ। ਇੱਕ ਨਾ ਜਿਹੜੇ ਨਵੇਂ ਬਣੇ ਪੇਰੈਂਟਸ ਹੁੰਦੇ ਆ ਉਹਨਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਆਉਂਦੀ, ਉਹਨਾਂ ਨੂੰ ਬੱਚਾ ਚੁੱਕਣਾ ਨਹੀਂ ਆਉਂਦਾ ਹੁੰਦਾ, ਜਿਨ੍ਹਾਂ ਦੇ ਘਰ ਪਹਿਲਾਂ ਬੱਚਾ ਨਹੀਂ ਹੁੰਦਾ ਤੇ ਉਹ ਫਸਟ ਬੇਬੀ ਹੁੰਦਾ ਜਦ ਆਫਟਰ 20-30 ਈਅਰਸ, ਮਤਲਬ ਪੇਰੈਂਟਸ ਨੇ ਆਪਾਂ ਨੂੰ ਪਾਲਿਆ, ਆਪਾਂ ਗਾ ਪਿਆ ਜਦੋਂ ਆਉਂਦਾ ਘਰ 'ਚ ਇੱਕ ਛੋਟਾ ਬੱਚਾ, ਤਾਂ ਕਿੱਦਾਂ ਮਤਲਬ ਹੈਂਡਲ ਬੇਬੀ ਹੈਂਡਲਿੰਗ ਦਾ ਕਿਵੇਂ ਕੋਰਸ ਕਰਾਉਂਗੇ, ਕਰਕੇ ਦਿਖਾਓ। ਏਦਾਂ ਏਦਾਂ ਸੀ, ਅੱਛਾ ਜੀ, ਕਰਕੇ ਬੇਬੀ ਨੂੰ ਇੱਥੇ ਲਾ ਕੇ ਏਦਾਂ, ਕੱਪੜੇ ਕਿੱਦਾਂ ਚੇਂਜ ਕਰਨੇ ਆ, ਇਹਨੂੰ ਚੁੱਕਣਾ ਕਿੱਦਾਂ ਹੈ, ਇਹਨੂੰ ਫੀਡ ਕਿੱਦਾਂ ਦੇਣੀ ਹੈ, ਸਾਰਾ ਕੁਝ ਮੈਂ ਨਰਸਿਸ ਕੋ ਸਿੱਖਿਆ ਤੇ ਉਹ ਆਪਣਾ ਘਰ ਆ ਕੇ ਟ੍ਰੇਨਿੰਗ ਦਿੰਦੇ ਰਹੇ। ਲੌਕਡਾਊਨ ਲੱਗ ਗਿਆ ਤੇ ਮਮ ਡੈਡ ਇੰਡੀਆ ਤੇ ਅਸੀਂ ਤੇ ਇਕੱਲੇ ਨਵੇਂ ਨਵੇਂ ਪੇਰੈਂਟ ਬਣੇ ਆ, ਸਾਨੂੰ ਜ਼ੀਰੋ ਨੌਲੇਜ, ਤੇ ਫਿਰ ਅਸੀਂ ਤੇ ਬਹਿ ਕੇ ਦੇਖੀ ਹਾਂ ਵੀ ਉਹ ਕਰਨਾ ਕੀ ਕਿੱਦਾਂ ਕਰਨਾ ਹੁਣ, ਕੋਈ ਤੁਹਾਡੇ ਵੱਲ ਦੇਖ ਕੇ ਦੇਖ ਰਿਹਾ ਇਹ ਕਿੰਨਾ ਦੇ ਘਰ ਪੈਦਾ ਹੋ ਗਿਆ ਵਾ, ਪ੍ਰਭੂ ਸਾਫ਼ ਕਰੋ ਆ ਕੇ। ਤੇ ਉਹ ਜਿਹੜਾ ਨਿਊ ਬੋਰਨ ਕਹਿ ਲਈਏ ਕਿ 6 ਮਹੀਨੇ ਤੱਕ ਰਾਤ ਨੂੰ ਕਿੰਨੀ ਵਾਰੀ ਉੱਠਦਾ ਤੁਹਾਨੂੰ ਕਿੰਗ ਜੀ ਇਹ ਸਵਾਲ? ਨਹੀਂ 6 ਮਹੀਨੇ ਤੱਕ ਘੱਟ ਉੱਠਦਾ, ਘੱਟ ਉੱਠਦਾ 6 ਮਹੀਨੇ ਤੁਹਾਡੇ ਹੈਗੇ ਬੱਚਾ, ਤੇ ਜਿਹੜੇ ਇਹਨਾਂ ਦੀ ਮੰਮੀ ਦਾ ਬੱਚਾ ਵਾ ਉਹ ਰਾਤ ਨੂੰ ਕਿੰਨੀ ਵਾਰੀ ਉੱਠਦੇ ਸੀਗੇ ਆਪਦੇ ਬੱਚੇ ਨੂੰ ਚੁੱਪ ਕਰਾਉਣ ਲਈ? ਮੰਮਾ ਕਹਿੰਦੇ ਨੇ ਕਿ ਇਹ ਤੰਗ ਨਹੀਂ ਕਰਦੇ ਸੀ ਛੋਟੇ ਹੁੰਦੇ, ਆਪਣੇ ਕੱਪੜੇ ਨੀ ਗੰਦੇ ਕਰਨੇ, ਛੋਟੇ ਹੁੰਦੇ ਤੋਂ ਹੀ ਸਾਫ਼ ਸਫ਼ਾਈ ਵਾਲੇ ਹੈਗੇ ਸੀ, ਮੈਨੂੰ ਨੀ ਲੱਗਦਾ ਕਿ ਜ਼ਿਆਦਾ ਹੋਣਗੇ। ਗੁੱਡ ਕਿਡ, ਜੋ ਮੇਰੀ ਰਿਪੋਰਟ ਸੀ ਮੈਂ ਅੱਛਾ ਤਾਂ ਮੈਂ ਸੁਣਿਆ ਹੈ ਮੰਮਾ ਕੋਲ ਬਹੁਤ ਅੱਛਾ, ਮਤਲਬ ਆਰਾਮ ਨਾਲ ਰਹਿੰਦੇ ਸੀ। ਅਸਵੇਰੀ ਗੱਲ ਚੱਲ ਰਹੀ ਸੀ ਪੁੱਤੇ ਦੇ, ਪਤਾ ਅਸਵੇਰੇ ਮੰਮੀ ਕਹਿ ਰਹੇ ਸੀ ਕਿ ਆਪਣਾ ਜਦੋਂ ਸਮਰਾਟ ਹੈ ਤਾਂ ਦਹੀਂ ਨਾਲ ਪੀ ਲਿਆ ਪੂਰਾ ਕਹਿੰਦੇ ਮੂੰਹ ਜਿਹਦਾ ਮੂੰਹ ਜਦੋਂ ਹੈ ਚੁੱਕਾ ਸੀ ਤੇ ਇਹਦਾ ਪੂਰਾ ਸਾਫ਼ ਹੁੰਦਾ ਸੀ, ਗੰਦਾ ਨੀ ਕਰਦਾ ਸੀ ਏਦਾਂ ਓਦਾਂ, ਤੇ ਮੈਨੂੰ ਯਾਦ ਆ ਗਿਆ ਸੀ ਹੈਂ, ਪੁਆਇੰਟ ਯਾਦ ਆ ਗਿਆ ਮੈਨੂੰ ਹੁਣ ਅਸਲੇ ਸਵੇਰੇ। ਤੇ ਮੈਂ ਹੁਣ ਤੁਹਾਨੂੰ ਦੱਸਦਾ ਕਿ ਤੁਸੀਂ ਪੇਰੈਂਟਹੁੱਡ ਦਾ ਜਿਹੜਾ ਟੈਸਟ ਸੀਗਾ ਉਹ ਦੋਵਾਂ ਨੇ ਕਲੀਅਰ ਕਰ ਲਿਆ ਵਾ, ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋ ਗਏ ਹੋ, ਤੇ ਨਕਲ ਵੀ ਨਹੀਂ ਮਾਰੀ, ਇਮਾਨਦਾਰ ਰਹੇ ਹੋ, ਨਕਲ ਨਹੀਂ ਮਾਰੀ ਜੀ, ਬਹੁਤ ਇਮਾਨਦਾਰ ਬੱਚੇ। ਤੇ ਭਾਜੀ ਹੁਣ ਜਿਵੇਂ ਤੁਸੀਂ ਪਰਸਨਲ ਲਾਈਫ ਆ, ਜਿਵੇਂ ਆਪਣੀ ਹੁਣ ਨਵੀਂ ਮੈਰਿਡ ਲਾਈਫ ਵੀ ਆ, ਬੱਚਾ ਵੀ ਹੋ ਗਿਆ, ਥੋੜੀ ਪ੍ਰੋਫੈਸ਼ਨਲ ਲਾਈਫ ਵੀ ਆ, ਤੇ ਫਿਰ ਸਮਾਂ ਕਿਵੇਂ ਕੱਢਦੇ ਹੋ ਤੁਸੀਂ ਆਪਦੀਆਂ ਵੀਡੀਓਜ਼ ਬਣਾਉਣ ਦਾ? ਸੱਚੀ ਬਹੁਤ ਔਖਾ ਹੁੰਦਾ ਇਸ ਟਾਈਮ, ਮਤਲਬ ਆਪਣਾ ਐਕਸਪੀਰੀਅੰਸ ਦੱਸਣਾ ਰਾਈਟ ਨਾਓ ਕਿ ਸਾਡੇ ਤੁਸੀਂ ਮੋਸਟ ਆਫ ਦਾ ਵੀਡੀਓ ਦੇਖੋ ਬਸ ਸਮਰਾਟ ਮੋਦੀ ਦੀ ਚੱਕਿਆ ਹੁੰਦਾ ਹੈ, ਅਤੇ ਇੱਕ ਨਾ ਰੂਲਸ ਹੁੰਦੇ ਨੇ ਵੀਡੀਓ ਜਾਂ ਫਿਲਮ ਦੇ ਕਿ ਆਪਾਂ ਸੀਨ ਚੀਟ ਨਹੀਂ ਕਰਨਾ ਹੁੰਦਾ, ਸੀਨ ਚੀਟ ਨੂੰ ਕਹਿੰਦੇ ਨੇ ਆਪਾਂ, ਜਿੱਦਾਂ ਕਿ ਮੰਨ ਲਓ ਆਪਾਂ ਓਵਰ ਦਾ ਸ਼ੋਲਡਰ ਸ਼ਾਰਟ ਕੱਟ ਰਹੇ ਹਾਂ ਕਿਸੇ ਦਾ, ਅਤੇ ਜੇ ਆਪਾਂ ਰਾਈਟ ਪ੍ਰੋਫਾਈਲ ਤੋਂ ਕੱਟ ਰਹੇ ਹਾਂ ਅਤੇ ਸੇਮ ਸ਼ਾਰਟ ਹੋਣਾ ਚਾਹੀਦਾ ਲੈਫਟ ਪ੍ਰੋਫਾਈਲ ਤੋਂ ਵੀ। ਤੁਹਾਡੀ ਵੀਡੀਓ ਦੇਖੋ ਕਈ ਵਾਰੀ ਕੀ ਹੁੰਦਾ ਜਦੋਂ ਸਿਮਰਨ ਦਾ ਡਾਇਲੋਗ ਆ ਬੱਚਾ ਅੱਜ ਹੁੰਦਾ ਤੇ ਦੂਸਰੇ ਪਾਸੇ ਉਹ ਡਾਇਲੋਗ ਬੋਲ ਰਹੀ ਬੱਚਾ ਗਿਆ, ਕਿਉਂਕਿ ਅਸੀਂ ਕੀ ਕਰਦੇ ਹਾਂ ਕਿ ਸਮਰਾਟ ਨੂੰ ਸਵਾ ਕੇ ਸ਼ੂਟ ਸ਼ੁਰੂ ਕੀਤੀ ਉਹ ਨਾਲ ਉੱਡ ਜਾਂਦਾ, ਹੁਣ ਵੀਡੀਓ ਕੰਪਲੀਟ ਕਰਨੀ ਬਾਕੀ ਆਰਟਿਸਟ ਵੀ ਆਏ ਹੁੰਦੇ ਨੇ
ਜਿਹੜੀ ਆਰਟਿਸਟ ਹੈ ਸਲੋਨੀ ਵੈਰੀ ਗੁੱਡ ਆਰਟਿਸਟ ਉਹ ਵੀ ਆਏ ਹੁੰਦੇ ਸ਼ੂਟ ਕਰਨ ਦੀਆਂ ਲੱਕੀ ਭਾਜੀ ਜਾਂ ਕੋਈ ਹੋਰ ਆਰਟਿਸਟ ਹੈ ਨਾ ਸਾਨੂੰ ਵੀ ਹੁੰਦਾ ਕਿ ਹੁਣ ਇਹਨਾਂ ਦਾ ਵੀ ਟਾਈਮ ਹੋ ਰਿਹਾ ਇਹਨਾਂ ਨੇ ਵੀ ਜਾਣਾ ਸ਼ੂਟ ਵੀ ਕਰਨਾ ਬੱਚਾ ਜੋ ਸਾਡਾ ਸਾਨੂੰ ਪਤਾ ਹੈ ਉਹਨਾਂ ਨੂੰ ਥੋੜ੍ਹੀ ਪਤਾ ਹੈ ਕਿ ਪਤਾ ਉਹਨਾਂ ਨੂੰ ਵੀ ਹੈ ਉਹ ਵੀ ਬੜੇ ਲੱਕੀਲੀ ਹੈ ਕਿ ਮੇਰੀ ਪੂਰੀ ਟੀਮ ਜਿਹੜੀ ਹੈ ਬਹੁਤ ਅੰਡਰਸਟੈਂਡ ਕਰਦੇ ਨੇ ਕਿ ਉਹ ਤੰਗ ਨਹੀਂ ਕਰਦੇ ਮਤਲਬ ਕਿ ਜਲਦੀ ਕਰੋ ਆਪਾਂ ਘਰ ਜਾਣਾ ਉਹ ਬੇਚਾਰੇ ਪੇਸ਼ੈਂਟ ਬੈਠ ਜਾਂਦੇ ਨੇ ਕਿ ਸਮਰਾਟ ਨੂੰ ਚੁੱਪ ਕਰਾ ਲਓ ਪਹਿਲੇ ਤੇ ਉਦੋਂ ਫਿਰ ਅਸੀਂ ਫਟਾਫਟ ਸ਼ੂਟ ਕਰੀਦਾ ਕਿ ਹਾਂ ਵੀ ਸਿਮਰਨ ਫੜ ਲੈ ਫਿਰ ਪਾਪ ਹੱਸ ਰਹੇ ਹੁੰਦੇ ਕਿ ਯਾਰ ਦੂਜੇ ਪਾਸ ਡਾਇਲੋਗ ਬੋਲ ਰਹੇ ਉਧਰ ਬੱਚਾ ਹੈ ਨੀ ਬੱਚਾ ਆ ਗਿਆ ਕੀ ਕਰੀਏ ਜ਼ਿਆਦਾ ਚੀਟ ਹੁੰਦਾ ਕਿ ਸਾਹਮਣੇ ਮੈਂ ਵਾ ਲੇਕਿਨ ਸ਼ੋਲਡਰ ਅਗਰ ਲੈ ਰਹੇ ਨੇ ਸ਼ੋਲਡਰ ਤੋਂ ਸ਼ਾਟ ਲੈ ਰਹੇ ਉਹ ਸ਼ੋਲਡਰ ਮੇਰਾ ਨਹੀਂ ਹੁੰਦਾ ਤੋ ਮੈਂ ਕਈ ਵਾਰੀ ਤੇ ਸਰਾਣੇ ਦੇ ਉੱਤੇ ਕਪਸੂਟ ਰੱਖ ਕੇ ਦਾ ਸ਼ੋਲਡਰ ਸ਼ਾਟ ਕੱਟ ਰਿਹਾ ਹੁੰਦਾ ਕਿ ਉਹ ਕਿਉਂਕਿ ਹੋ ਨਹੀਂ ਰਿਹਾ ਨਾ ਹੁੰਦਾ ਬੜਾ ਸੀ ਜੁਗਾੜ ਲਾ ਕੇ ਸ਼ੂਟ ਕਰੀਦਾ ਵੀਡੀਓ ਨੂੰ ਤੇ ਲੇਟ ਨਾਈਟ ਕਰੀਦਾ ਜਿਹੜੇ ਕੰਮ ਤੇ ਜਾਣਾ ਹੁੰਦਾ ਰਾਤੀ 12-12 ਵਜੇ ਸ਼ੂਟ ਕਰੀਦਾ ਕਈ ਵਾਰੀ ਸੋ ਇਟਸ ਨਾਟ ਵੈਰੀ ਈਜ਼ੀ ਕੰਟੈਂਟ ਕਰਨਾ ਅਸੀਂ 5 ਮਿੰਟ ਦਾ 7 ਮਿੰਟ ਦੀ ਵੀਡੀਓ ਲੈ ਕੇ ਆ ਜੀ ਆਪਾਂ ਹਰ 3-4 ਦਿਨ ਬਾਅਦ 5 ਦਿਨ ਬਾਅਦ ਉਹ ਤੋਂ ਸ਼ੂਟ ਕਰਦਾ ਜਿਹੜਾ ਪ੍ਰੋਸੈਸ ਹੈ ਬਹੁਤ ਹਾਰਡ ਹੈ ਉਸ ਤੋਂ ਐਡੀਟਿੰਗ ਵੀ ਜਾਂਦੀ ਹੈ ਐਂਡ ਆਲ ਤੁਹਾਨੂੰ ਪਤਾ ਹੀ ਸਾਰਾ ਪ੍ਰੋਸੈਸ ਕਿੰਨਾ ਲੰਬਾ ਹੁੰਦਾ ਐਡੀਟਿੰਗ ਐਂਡ ਐਵਰੀਥਿੰਗ ਸੋ ਇਟਸ ਨਾਟ ਵੈਰੀ ਈਜ਼ੀ ਜਿੰਨੀਆਂ ਵੀ ਤੁਹਾਡੀਆਂ ਵੀਡੀਓ ਹੈ ਬਹੁਤ ਰਿਲੇਟਿਵ ਹੁੰਦੀ ਹੈ ਕਿ ਮਤਲਬ ਕਿਹਾ ਜਾ ਸਕਦਾ ਕਿ ਇੱਦਾਂ ਲੱਗਦਾ ਹੁੰਦਾ ਦੇਖਣ ਵਾਲੇ ਨੂੰ ਕਿ ਸ਼ਾਇਦ ਇਹ ਸੱਚ ਹੈ ਇਹ ਸੱਚੀ ਤੁਸੀਂ ਇਹ ਆਪਦੀ ਲਾਈਫ 'ਤੇ ਹੀ ਬਣਾਉਂਦੇ ਹੋ ਜਾਂ ਤੁਸੀਂ ਇਹ ਜਸਟ ਫੋਰ ਫਨ ਇਹ ਕ੍ਰੀਏਟ ਕਰਦੇ ਹੋ ਚੀਜ਼ਾਂ ਨਹੀਂ ਮੈਂ ਤਾਂ ਦੱਸਾਂ ਮੈਂ ਭਾਅ ਜੀ ਓਨੈਸਟਲੀ ਜਦੋਂ ਵੀਡੀਓ ਸ਼ੁਰੂ ਕੀਤੀਆਂ ਸੀ ਨਾ ਮੈਂ ਐਜ਼ ਅ ਫਨ ਹੀ ਸ਼ੁਰੂ ਕੀਤੀਆਂ ਸੀ ਕਿ ਲਾਈਫ ਜ਼ਿੰਮੇਵਾਰੀ ਜੇ ਤੁਹਾਡੀ 2 ਕਰੋੜ ਦੀ ਲਾਟਰੀ ਨਿਕਲ ਆਵੇ ਤੇ ਤੁਸੀਂ ਕੀ ਕਰੋਗੇ ਤੇ ਪਹਿਲਾ ਮੈਸੇਜ ਕਿਹਨੂੰ ਕਰੋਗੇ ਪਹਿਲਾ ਮੈਸੇਜ ਮੈਂ ਉਹਨਾਂ ਨੂੰ ਕਰਾਂਗਾ ਕਿ ਹਾਂ ਬਈ ਜਿਹਨਾਂ ਨੇ ਪੈਸੇ ਦੇਣੇ ਲੈ ਜਾਓ ਆ ਕੇ ਆ ਜਾਓ ਲੈ ਜਾਓ ਪੈਸੇ ਆ ਗਏ ਪੈਸੇ ਬਾਬੂ ਭਈਆ ਪੈਸੇ ਆ ਗਏ ਮਾਲ ਆ ਗਿਆ ਆ ਜਾਓ ਪਹਿਲਾ ਮੈਸੇਜ ਮੈਂ ਆਫਿਸ ਆਪਣੇ ਘਰ ਕਰਾਂਗਾ ਕਿ ਬਹੁਤ ਬਹੁਤ ਮੁਬਾਰਕ ਜੀ ਪਾਪਾ ਨੂੰ ਮੰਮੀ ਨੂੰ ਸਿਮਰਨ ਨੂੰ ਸਭ ਨੂੰ ਕਰਾਂਗਾ ਇਕੱਠੇ ਗਰੁੱਪ ਮੈਸੇਜ ਗਰੁੱਪ 'ਚ ਪਾ ਦਾਂਗਾ ਆਪਣੀ ਫੈਮਿਲੀ ਗਰੁੱਪ 'ਚ ਪੈਸੇ ਆ ਗਏ ਨੇ ਤੋ that will be great hai na mere bahut kuch karenge socha hi nahi kadi ki I think we national property le lenge aur kuch kar lenge film to zarur paisa lavange film banavange jehdi dream movie hundi hai to uske liye koi te agla sawal tuhanu agla jehda puttha sawal hai tuhanu dovan nu hai pehla simran ji di wari hai simran ji tusi king ji de layi koi ik gana dedicate karo sunauna vi hai हमें तुमसे प्यार कितना ही हम नहीं चाहते बारी सर मैं भी गाना गावा ਪਰ ਉਹ ਨਾ ਗਾਇਆ ਜਿਵੇਂ ਮੈਡਮ ਨੇ ਗਾਇਆ ਵਾ ਪਹਿਲਾਂ ਮਾੜਾ ਜਿਹਾ 2 ਟੱਪੇ ਚ ਨਾ ਬਾਅਦ ਹੱਸਣ ਲੱਗ ਗਏ ਸਮਝ ਨਹੀਂ ਆਇਆ ਨਹੀਂ ਨਹੀਂ ਮੈਂ ਪੂਰਾ ਕਰਾਂ ਹਮ ਆਪ ਮੈਂ ਕੁਝ ਹੋ ਗਿਆ कुछ मिल गया कुछ हो गया जो चाहे तुम से मांग लो लेकिन सुनो ये जान लो अब तुम पे मरते हैं हम तुम पे मरते हम तुम पे मरते हैं हम तुम पे क्या बात है जी इसे करके मैं कहा सीगा कि किते राज जेड़ा बादशाह ओ इंडस्ट्री दा ते एक ਕਿੰਗ ਤੁਸੀਂ ਉਹ ਸਿਮਰਨ ਦਾ ਤਾਂ ਹੀ ਇੰਤਜ਼ਾਰ ਕਰਦੇ ਰਹੇ ਕਿ ਗੀਤਕਾਰੀ ਵੀ ਸੁਣਾਉਣੀ ਸੀ ਇਹਨਾਂ ਨੂੰ ਬਿਲਕੁਲ ਬਿਲਕੁਲ ਥੋੜਾ ਜਿਹਾ ਮੈਰਿਜ ਤੋਂ ਪਹਿਲਾਂ ਇਹਨਾਂ ਨੇ ਬਹੁਤ ਗਾਣੇ ਸੁਣਾਏ ਨੇ ਲੇਕਿਨ ਮੈਰਿਜ ਤੋਂ ਬਾਅਦ ਪਤਾ ਨਹੀਂ ਉਹ ਗਾਣੇ ਕਿੱਥੇ ਚਲ ਗਏ ਨੇ ਅੱਜ ਨਿਕਲੇ ਤੇ ਤੁਹਾਡੇ ਸਾਹਮਣੇ ਨਹੀਂ ਕੀ ਹੁੰਦਾ ਵਿਆਹ ਤੋਂ ਪਹਿਲੇ ਬੰਦਾ ਗਾਣੇ ਸੁਣਾਉਂਦਾ ਵਿਆਹ ਤੋਂ ਬਾਅਦ ਬੰਦੇ ਦਾ ਵਾਜਾ ਵੱਜਦਾ ਜੀ ਹੁਣ ਪਹਿਲਾਂ ਤੁਹਾਡੀ ਵਾਰੀ ਹੈ ਕਿੰਗ ਜੀ ਤੁਸੀਂ ਸਿਮਰਨ ਦੀ ਕੋਈ ਰੀਸ ਲਾ ਕੇ ਦਿਖਾਉਣੀ ਹੈ ਜਾਂ ਕੋਈ ਵੀ ਉਹਨਾਂ ਦਾ ਡਾਇਲੋਗ ਬੋਲ ਕੇ ਦਿਖਾਉਣਾ ਡੇਲੀ ਰੂਟੀਨ ਵਾਲਾ ਡੇਲੀ ਰੂਟੀਨ ਵਾਲਾ ਕਰ ਰਹੀ ਹੈ ਮੈਂ 5-5 ਮਿੰਟ ਪਹਿਲੇ ਕਰਦੀ ਹਾਂ ਬੱਚੇ ਨੂੰ ਸੰਭਾਲਣਾ ਕੋਈ ਸ਼ੋਕਾ ਕੰਮ ਨਹੀਂ ਹੈਗਾ ਜਾਏਗਾ ਇਹ ਦੇਖੋ ਇਹਨਾਂ ਉਹਨੇ ਸਵਾਇਆ ਸੀ ਫਿਰ ਉੱਠ ਕੇ ਆ ਗਿਆ ਫਿਰ 2 ਘੰਟੇ ਬਾਅਦ ਆਉਂਦਾ ਇਹਨਾਂ ਸਵਾਇਆ ਸੀ ਫਿਰ ਉੱਠ ਕੇ ਆ ਗਿਆ
ਮੈਂ ਤਾਂ ਸੁਣਦਾ ਕਦੋਂ ਹੈਗਾ, ਹਰ 3 ਘੰਟੇ ਬਾਅਦ ਇੱਕ ਸਟੇਟਮੈਂਟ ਹੈਗੀ ਹੈ, ਮੈਂ ਉਠਾਉਂਦਾ ਤੇ ਫਿਰ ਉੱਠ ਕੇ ਆ ਗਿਆ, ਉੱਠ ਕੇ ਆ ਗਿਆ। ਉਹ ਹੈ ਬਹੁਤ ਵਧੀਆ ਆਦਤ ਹੈਗੀ, ਤੂੰ ਵੀ ਉੱਠਦੀ ਪਰ ਪਤਾ ਨੀ ਸੱਚ ਹੈ ਕਿ ਨਹੀਂ। चलो हम बारी मैडम दी, हम मैडम दसनगे बदला लै लेता जावे। मैडम जिदा ना कई बार की हुंदा है, मैं इन्हां नूं कहां कि ना मैं कुछ काम कर रही हां ते सम्राट नूं दूध पिला दो, मैं बोतल फड़ा दिंदी हां। इट्स ओके, इट्स ओके, तू पहले ओ खत्म कर, बाद च इस चीज़ नूं फड़। इट्स ओके, इट्स ओके, जो वर्ड है ना हर गल ते लग जाएगा ना। मैक्सिमम मैं एक दिन च 2 बारी कीता हैगा, पर लेट मी कन्फेस मैं ज्यादा कीते नहीं। सिमरन ने, मेरा ब्रदर हैगा, सारा दिन कला मम्मा उदो आए नहीं छी गई, इन्होंने बच्चों फोन किया, मेरे को डायपर चेंज करता, नहीं मैं कर लगा बस हवा लाइन मार दियां मैसेज कर दियां जिदा फेसबुक ਉਹਨਾਂ ਦੇ ਮੈਸੇਜ ਆ ਰਹੇ ਨੇ, ਪ੍ਰੋਬਲਮ ਤਾਂ ਆਵੇ ਜੇ ਮੈਂ ਲਵ ਯੂ ਟੂ ਲਿਖ ਰਿਹਾ ਹਾਂ, ਰਿਪਲਾਈ ਕਿਸੇ ਨੇ ਆਇਆ ਹਾਂ, ਜੇ ਲਵ ਯੂ ਟੂ ਮੈਂ ਕਹਿ ਵੀ ਸਕਦਾ, ਪਰ ਉਹ ਡਿਫਰੈਂਟ ਇੱਕ ਟੋਨ ਹੁੰਦੀ ਹੈ, ਉਹ ਇੱਕ ਪਿਛੋੜ ਵਾਲਾ ਪਿਆਰ ਕਰਨਾ ਉਹਦਾ ਅਲੱਗ ਹੁੰਦਾ, ਉਹ ਮਨੋਚ ਕੋਈ ਬੁੜਾਈ। ਪਰ ਤੁਸੀਂ ਇਹ ਵੀ ਹੋ ਸਕਦਾ ਕਿ ਮੈਸੇਜ ਵੀਡੀਓ ਮੈਸੇਜ ਦੇ ਥਰੂ ਕਹਿ ਦਿੰਦੇ ਹੋ ਕਿ ਜਿਹੜੇ ਲੋਕ ਮੈਨੂੰ ਮੈਸੇਜ ਕਰਦੇ ਨੇ ਉਹਨਾਂ ਨੂੰ ਲਵ ਯੂ ਟੂ ਆ ਆਇਆ, ਇਹ ਹੋਇਆ ਕਿ ਪਹੁੰਚ ਗਿਆ। ਤੁਹਾਨੂੰ ਮੈਂ ਇੱਕ ਮਜ਼ੇ ਦੀ ਗੱਲ ਦੱਸਾਂ, ਅਸੀਂ ਨਾ ਅੰਮ੍ਰਿਤਸਰ ਸੀ, ਅਲਫਾ ਮਾਲ ਨਾ, ਅਲਫਾ ਮਾਲ ਸੀ, ਤੇ ਅਸੀਂ ਵਾਕ ਕਰਕੇ ਜਾ ਰਹੇ ਸੀ, ਮੈਂ ਹਜਾਰਾ ਵਿਆਹ ਹੋਇਆ, ਮੈਂ ਸੌਰੀ ਤੁਹਾਨੂੰ ਇੰਟਰਪਟ ਕਰ ਰਿਹਾ, ਮੈਨੂੰ ਉਹ ਮਾਲ ਤਾਂ ਕਦੇ ਲੱਗਿਆ ਨਹੀਂ, ਉਹ ਖਾਲੀ ਖੰਡਰ ਜਿਹਾ ਹੀ ਲੱਗਦਾ ਹੁੰਦਾ ਵਾ, ਬਸ ਦੇਖਣ ਦਾ ਹੀ ਬਾਹਰ ਨਹੀਂ ਆਉਂਦਾ। ਮੈਂ ਆ ਪਹਿਲੀ ਵਾਰੀ ਗਿਆ ਸੀ ਉੱਥੇ ਉਸ ਦਿਨ, ਮੈਨੂੰ ਪਤਾ ਨਹੀਂ ਸੀ, ਮੈਨੂੰ ਇਹ ਕਹਿੰਦੇ ਕਿ ਆਪਣਾ ਸ਼ੋਪਿੰਗ, ਮੈਂ ਕਿਹਾ ਮੈਂ ਕੁਛ ਸਮਾਨ ਲੈਣਾ ਆਪਣਾ ਜ਼ਰੂਰੀ, ਕਹਿੰਦੇ ਉੱਥੇ ਚੱਲਦੇ ਹਾਂ। ਮੈਂ
ਪਰ ਇੱਥੇ ਇਹ ਡਾਇਲੋਗ ਵੀ ਐਡ ਕੀਤਾ ਜਾ ਸਕਦਾ ਕਿ ਜਿਵੇਂ ਰਾਜ ਨੇ ਟ੍ਰੇਨ ਚ ਸਿਮਰਨ ਫੜਨ ਲਈ ਹੱਥ ਬਾਹਰ ਵਧਾਇਆ ਸੀ ਤਾਂ ਸਿਮਰਨ ਭੱਜੀ ਗਈ, ਪਰ ਅਸਲੀ ਲਾਈਫ ਦੀ ਸਿਮਰਨ ਨਾਲ ਖੜੀ ਸੀ ਤੇ ਸਾਹਮਣੇ ਕੋਈ ਹੋਰ ਹੀ ਸਿਮਰਨ ਆ ਗਈ। ਸਹੀ ਗੱਲ ਹੈ, ਹੋਰ ਆ ਗਈ। ਮੈਂ ਦੇਖਾ ਮੈਂ ਕਿਹਾ ਕੀ ਚੱਲ ਰਿਹਾ, ਬਾਅਦ ਚ ਮੇਰੇ ਸਾਥ ਆਇਆ ਜਦੋਂ ਉਹਨੇ ਸੈਲਫੀ ਕਰਾਈ, ਮੈਂ ਵੀ ਉਹਦਾ ਦੂਰੋਂ ਦੇਖ ਲਿਆ, ਵੀਡੀਓ ਕਰਾਈ। ਮੈਂ ਕਿਹਾ ਹਾਂਜੀ, ਮੈਂ ਕਿਹਾ ਬਸ ਠੀਕ ਹੈ, ਮੈਂ ਕਿਹਾ ਤੇਰੇ ਮਾਲ ਤੋਂ ਨਿਕਲੋ ਬਾਹਰ ਥੱਲੇ। ਮੈਂ ਕਿਹਾ ਇਸ ਤੋਂ ਪਹਿਲੇ ਮੈਨੂੰ ਕੁਛ ਹੋਵੇ, ਦੋ ਕੁੜੀਆਂ ਨੇ ਹੋਰ ਕੱਲੀਆਂ ਨੇ ਪਛਾਣ ਲਿਆ ਨਾ, ਜਾਂਦਾ ਡਿਫਰੈਂਟ, ਬਟ ਉਹ ਜਿਹੜੀ ਦੌੜਦੇ ਆਉਣਾ ਜਾਂ ਸਲੋ ਮੋਸ਼ਨ ਉਹਦਾ ਜਿਹਾ ਕੰਮ ਕਰਦਾ। ਤੇ ਅਗਲਾ ਸਵਾਲ ਇਹ ਹੈ ਕਿ ਤੁਸੀਂ ਆਪਦੀ ਲਾਈਫ 'ਚ ਸਭ ਤੋਂ ਪਹਿਲੀ ਜਿਹੜੀ ਐਪ, ਸੋਸ਼ਲ ਮੀਡੀਆ ਐਪ, ਉਹ ਕਿਹੜੀ ਯੂਜ਼ ਕੀਤੀ ਸੀ? ਆਈ ਥਿੰਕ ਔਰਕੁਟ। ਔਰਕੁਟ ਹੁੰਦੀ ਸੀ ਨਾ ਇੱਕ, ਫੇਸਬੁੱਕ ਤੋਂ ਪਹਿਲੇ। ਜੀ ਜੀ ਹਾਂਜੀ, ਦੇਖੋ ਔਰਕੁਟ 'ਚ ਸਕ੍ਰੈਪ ਆਉਂਦੇ ਸੀ। ਆਈ ਥਿੰਕ ਔਰਕੁਟ ਮੈਂ ਪਹਿਲੇ ਟੈਸਟੀਮੋਨੀਅਲ ਵੀ ਭੇਜਦੇ ਹੁੰਦੇ ਸੀ ਆਪਾਂ ਲੋਕਾਂ ਨੂੰ। ਹਾਂਜੀ ਹਾਂਜੀ, ਆਈ ਥਿੰਕ ਔਰਕੁਟ ਯੂਜ਼ ਕੀਤੀ ਸੀ, ਕਿਉਂਕਿ ਉਦੋਂ ਵਟਸਐਪ ਵੀ ਆਇਆ ਨਹੀਂ ਸੀ, ਇੰਸਟਾ ਵੀ ਨਹੀਂ ਸੀ ਆਇਆ ਉਦੋਂ, ਪਰ ਤੇ ਜੇ ਅੱਜ ਤੁਹਾਨੂੰ ਦੋਹਾਂ ਨੂੰ ਇੱਕ ਕਮਰੇ ਚ ਬੰਦ ਕਰ ਦਿੱਤਾ ਜਾਵੇ ਤੇ ਇੱਕ ਟੌਪਿਕ ਦਿੱਤਾ ਜਾਵੇ ਕਿ ਤੁਸੀਂ ਉਸੇ ਟੌਪਿਕ ਤੇ ਗੱਲ ਕਰਨੀ, ਕਿਹੜੇ ਟੌਪਿਕ ਤੇ ਗੱਲ ਕਰੋਗੇ? ਦੇਖੋ ਮੈਂ ਤੇ ਫਿਲਮਾਂ ਤੇ ਕਰ ਸਕਦਾ, ਭਾਵੇਂ 5 ਘੰਟੇ ਬੁਲਵਾ ਲਓ, ਉਹ ਇਹਨਾਂ ਦਾ ਨੌਲੇਜ ਥੋੜੀ ਘੱਟ ਆ ਫਿਲਮਾਂ ਤੇ। ਇਹਨਾਂ ਨੂੰ ਫਿਲਮਾਂ ਦੀ ਪੁੱਛ ਲਾ, ਮੈਂ ਮੇਰਾ ਫੇਵਰਿਟ ਟਾਈਮ ਪਾਸ ਕੀ ਹੈ, ਮੈਂ ਕਿਹੜੇ ਚਲ ਗੇਮ ਖੇਡਦੇ, ਜਦੋਂ ਮੈਂ ਗੱਲ ਕਰਨਾ ਮੇਰਾ ਮੂਡ ਹੁੰਦਾ, ਮੈਂ ਦੋ ਤਿੰਨ ਫਿਲਮਾਂ ਦੇ ਸਵਾਲ ਪੁੱਛਦਾ। ਤੇ ਹੁਣ ਜਾਂਦੇ ਜਾਂਦੇ ਇੱਕ ਜਿਹੜਾ ਸੁਨੇਹਾ ਤੁਸੀਂ ਆਪਦੀ ਆਡੀਅੰਸ ਤੇ ਸਾਡੀ ਆਡੀਅੰਸ ਨੂੰ ਦੇਣਾ ਚਾਹੋ ਤੇ ਅੱਜ ਦੇ ਯੂਥ ਨੂੰ? ਯੂਥ ਨੂੰ ਤੇ ਮੈਂ ਇਹੀ ਕਹਾਂਗਾ ਕਿ ਦੇਖੋ, ਅੱਜ ਕੱਲ੍ਹ ਸੋਸ਼ਲ ਮੀਡੀਆ ਹੈਗਾ, ਉਹਨੂੰ ਚੰਗੇ ਤਰੀਕੇ ਨਾਲ ਪ੍ਰਯੋਗ ਕਰੋ। ਘਰ ਬੈਠੇ ਬੈਠੇ ਪੈਸੇ ਕਮਾ ਸਕਦੇ ਹੋ, ਕੰਮ ਕਮਾ ਸਕਦੇ ਹੋ, ਠੀਕ ਹੈ, ਤੇ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ, ਪਰ ਉਹਦਾ ਗਲਤ ਪ੍ਰਯੋਗ ਕਰਕੇ ਆਪਣੀ ਐਨਰਜੀ, ਲੋਕਾਂ ਨੂੰ ਗਾਲਾਂ ਕੱਢਣੀਆਂ, ਕਮੈਂਟ ਕਰਨੇ, ਫੇਕ ਆਈਡੀ ਬਣਾ, ਐਂਜਲ ਪ੍ਰੀਆ ਦੀ ਆਈਡੀ ਬਣਾ ਕੇ ਮੁੰਡਿਆਂ ਨੂੰ ਕਮੈਂਟ ਕਰਨੇ, ਉਹ ਕੰਮ ਬੰਦ ਕਰ ਦਿਓ, ਠੀਕ ਹੈ। ਤੇ ਬਾਕੀ ਤੁਹਾਡੀ ਆਡੀਅੰਸ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਜਿਹੜਾ ਹੈ, ਕਿ ਮੈਂ ਮੰਨਦਾ ਕਿ ਇਹ ਮਾਰਾ ਬਣਾ ਦਾ ਇੰਟਰਟੇਨਿੰਗ ਪ੍ਰੋਗਰਾਮ ਹੈਗਾ ਵਾ, ਅਤੇ ਇਹ ਚੈਨਲ ਜਿਹੜਾ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਹੈਗਾ ਤੁਹਾਡਾ, ਕਿ ਕੀ ਹੁੰਦਾ ਆਪਾਂ ਅੱਜ ਆਸਟ੍ਰੇਲੀਆ ਬੈਠੇ ਹਾਂ, ਕੈਨੇਡਾ ਦਾ ਆਸਟ੍ਰੇਲੀਆ ਬੈਠੇ, ਦੂਰ ਦਰਾਜ ਬੈਠੇ ਲੋਕਾਂ ਨੂੰ ਆਪਣੇ ਚੈਨਲ ਰਾਹੀਂ ਰੂਬਰੂ ਕਰਾਉਂਦੇ ਲੋਕਾਂ ਦੇ, ਬਹੁਤ ਵਧੀਆ ਉਪਰਾਲਾ ਹੈ ਹੁੰਦੇ ਸਾਰੇ, ਅਤੇ ਸਾਡੀ ਆਡੀਅੰਸ ਦੇਖਦੀ ਹੈ ਕਿ ਇਹਦੇ ਸਾਨੂੰ ਪਿਆਰ ਦਿੰਦੇ ਰਹੋ, ਕਿ ਤੁਸੀਂ ਘਰ ਬਣਾਈ ਰੱਖੋ, ਤਾਂ ਲਾ ਕੇ ਇੱਕ ਵੀਡੀਓ ਬਣਾਉਂਦੇ ਰਹੋ, ਕਿੱਥੇ ਰਹੇਗਾ ਤੇ ਲੈਣ ਲਾ ਪੀ, ਪਿਆਰ ਬਣਾਈ ਰੱਖੋ। ਥੈਂਕ ਯੂ, ਤੁਸੀਂ ਸਾਨੂੰ ਵੀ ਜਿਹੜਾ ਇੰਨਾ ਮਾਣ ਬਖਸ਼ ਰਹੇ ਹੋ ਕਿ ਸਾਡੇ ਚੈਨਲ ਨੂੰ ਵੀ ਪ੍ਰਮੋਟ ਕਰ ਰਹੇ ਹੋ। ਅਤੇ ਲਾਸਟ ਇੱਕ ਸਵਾਲ ਮੈਡਮ ਨੂੰ, ਸਵਾਲ ਨਹੀਂ ਕਹਿ ਰਿਹਾ, ਮੈਡਮ ਨੂੰ ਵੀ ਇੱਕ ਬੋਲਣ ਦਾ ਕੁਛ ਮੌਕਾ ਦਿੱਤਾ ਜਾਵੇ ਕਿ ਉਹ ਕੀ ਆਪਦੀ ਆਡੀਅੰਸ ਨੂੰ ਕਹਿਣਗੇ। ਮੈਂ ਤੇ ਆਡੀਅੰਸ ਨੂੰ ਇਹ ਕਹਾਂਗੀ ਕਿ ਜਿੱਦਾਂ ਫੈਮਿਲੀ 'ਚ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਸੱਸ ਨੂੰ ਦਿਓ, ਸਾਰੇ ਜਿੰਨੇ ਵੀ ਫੈਮਿਲੀ ਮੈਂਬਰਸ ਹੁੰਦੇ ਨੇ, ਅਗਰ ਜੁਆਇੰਟ ਫੈਮਿਲੀ ਹੈ ਤਾਂ ਘਰਾਂ 'ਚ ਪ੍ਰੋਬਲਮਸ ਨੂੰ ਖਤਮ ਕਰਨ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ, ਪ੍ਰੋਬਲਮਸ ਨੂੰ ਵਧਾਉਣਾ ਨਹੀਂ ਚਾਹੀਦਾ ਹਮੇਸ਼ਾ, ਅਗਰ ਸੱਸ ਕੁਛ ਕਹਿ ਰਹੀ ਹੈ ਤਾਂ ਉਹਨੂੰ ਮੰਨ ਲੈਣਾ ਚਾਹੀਦਾ, ਇਹਨੂੰ ਕਹਿ ਰਹੀ ਹੈ ਤਾਂ ਥੋੜ੍ਹਾ ਦੋਨਾਂ ਨੂੰ ਐਡਜਸਟ ਕਰਨਾ ਚਾਹੀਦਾ ਹੈ, ਤਾਂ ਹੀ ਫੈਮਿਲੀ ਅੱਗੇ ਵਧੇਗੀ। ਅਤੇ ਈਵਨ ਹਸਬੈਂਡ ਵਾਈਫ ਦੇ ਵਿੱਚ ਵੀ, ਕਿ ਹਸਬੈਂਡ ਵੀ ਥੋੜ੍ਹਾ ਜਿਹਾ ਐਡਜਸਟ ਕਰਨਾ ਪਏਗਾ, ਵਾਈਫ ਨੂੰ ਵੀ ਥੋੜ੍ਹਾ ਜਿਹਾ ਐਡਜਸਟ ਕਰਨਾ ਪਏਗਾ, ਤਾਂ ਹੀ ਲਾਈਫ ਵਧੀਆ ਸਮੂਥਲੀ ਚੱਲ ਜਾਏਗੀ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਤੁਸੀਂ ਆਏ, ਤੁਸੀਂ ਕਲਿੱਪ ਕੱਟ ਕੇ ਮੈਨੂੰ ਵਟਸਐਪ ਕਰ ਦਿਓ, ਮੈਂ ਆਪਣੀ ਮੰਮੀ ਨੂੰ, ਆਪਣੇ ਪਾਪਾ ਨੂੰ ਭੇਜ ਦਾਂਗਾ, ਸੱਸ ਸਹੁਰੇ ਨੂੰ, ਇਹਦੇ ਕਿ ਸ਼ੀ ਵਾਂਟਸ ਦਾ ਪਿਆਰ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਅਤੇ ਸਾਡੇ ਨਾਲ ਅੱਜ ਜਿਹੜਾ ਤੁਸੀਂ ਵਾਰਤਾਲਾਪ ਕੀਤੀ ਹੈ, ਅਤੇ ਮੈਂ ਦਿਲੋਂ ਦੱਸ ਰਿਹਾ ਵਾਂ ਕਿ ਸਭ ਤੋਂ ਬੈਸਟ ਜਿਹੜਾ ਮੇਰਾ ਸ਼ੋਅ ਆ, ਜਿਹੜੇ ਗੈਸਟ ਜਿਨ੍ਹਾਂ ਨੇ ਮਤਲਬ ਆਉਂਦੇ ਹੀ ਧੁੰਮਾਂ ਪਾਈਆਂ, ਉਹ ਤੁਸੀਂ ਦੋਵੇਂ ਜਾਣੇ ਹੋ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ ਫੋਰ ਹੈਵਿੰਗ ਅਸ। ਮੈਂ ਤੁਹਾਨੂੰ ਦੱਸ ਰਿਹਾ ਕਿ
ਮੇਰੀ ਮੈਂ ਪਹਿਲੇ ਤਾਂ ਇੱਕ ਤੁਹਾਨੂੰ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੇਰੇ ਕਰਕੇ ਥੋੜ੍ਹਾ ਆਪਣਾ ਟਾਈਮ ਅੱਗੇ ਤੁਸੀਂ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਕਈ ਚੀਜ਼ਾਂ ਮੈਂ ਜੋ ਟਾਈਮ ਤੋਂ ਦੱਸ ਦਿਓ ਮੈਂ ਥੋੜ੍ਹਾ ਫਸ ਗਿਆ ਰਹਿ ਗਿਆ ਕਰਕੇ ਉਹਦੇ ਲਈ ਬਹੁਤ ਥੈਂਕ ਦੂਸਰਾ ਮੈਂ ਬੜਾ ਖੁਸ਼ ਹਾਂ ਕਿਉਂਕਿ ਦ ਵੇ ਯੂ ਆਸਕ ਦ ਵੇ ਯੂ ਡਿਸਕ੍ਰਾਈਬ ਐਂਡ ਟੋਟਲੀ ਲਵਿੰਗ ਇਟ ਕਈ ਤੁਹਾਡੇ ਅਰਾਊਂਡ ਦੇ ਅੱਛੇ ਜੀ ਜਿੱਥੇ ਵੀ ਤਾਂ ਮਿਸਾਲ ਹੈ ਪਰ ਮੇਰਾ ਬੜਾ ਆ ਠੀਕ ਹੈ ਜਦ ਵੀ ਆਵੋ ਗਰਮੀਆਂ ਚ ਆਯੋ ਅੱਜ ਇੱਥੇ -25 ਥੋੜਾ ਜਿਹਾ ਦੇਖ ਕੇ ਮੌਸਮ ਆਯੋ ਗਰਮੀਆਂ ਚ ਆਵਾਂਗੇ ਠੀਕ ਹੈ ਚਲੋ ਹੁਣ ਸਮਾਂ ਹੋ ਗਿਆ ਜੀ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ